ਪ੍ਰੋਗਰਾਮ ਉਡਾਰੀ ਵਿਦੇਸ਼ਾਂ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਕੈਨੇਡਾ ਸਟੱਡੀ ਵੀਜ਼ੇ ਦੀ ਬਹੁਤ ਸਾਰੇ ਸਟੂਡੈਂਟ ਪਰੇਸ਼ਾਨ ਹੈਗੇ ਆ ਟੈਸਟੇਸ਼ਨ ਲੈਟਰ ਨੂੰ ਲੈ ਕੇ ਪ੍ਰੋਬਲਮਸ ਨੇ ਜਾਂ ਵਧੀ ਹੋਈ ਜੀਆਈਸੀ ਕਰਕੇ ਤੁਸੀਂ ਪ੍ਰੋਬਲਮਸ ਉਹ ਵੀ ਬਹੁਤ ਜ਼ਿਆਦਾ ਪੈਸੇ ਲੱਗਣੇ ਆ ਜੇ ਤੁਸੀਂ ਕੈਨੇਡਾ ਦਾ ਪਲਾਨ ਕਰਨਾ ਹੈ ਪਰ ਅੱਜ ਆਪਾਂ ਗੱਲ ਕਰਨੀ ਹੈ ਵੀ ਤੁਸੀਂ ਪੁਰਾਣੀ ਫੀਸ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਜਾਂ ਬਹੁਤ ਘੱਟ ਪੈਸਿਆਂ ਦੇ ਵਿੱਚ ਕੈਨੇਡਾ ਕਿਵੇਂ ਪਹੁੰਚ ਸਕਦੇ ਹੋ ਨਾਲ ਦੀ ਨਾਲ ਟੈਸਟੇਸ਼ਨ ਲੈਟਰ ਨੂੰ ਕੀ ਅਪਡੇਟ ਨੇ ਔਰ ਨਾਲ ਦੀ ਨਾਲ ਕਿਹੜਾ ਇਨਟੇਕ ਅਵੇਲੇਬਲ ਹੈ ਜਾ ਮਿਲੂਗਾ ਔਰ ਹਰੇਕ ਤੁਹਾਡੀ ਜੋ ਵੀ ਤੁਹਾਡੇ ਸਵਾਲ ਨੇ ਸਾਰੇ ਜਵਾਬ ਜਵਾਬ ਦੇਣ ਦੇ ਲਈ ਸਾਡੇ ਨਾਲ ਨੇ ਕੰਪੀਟੀਸ਼ਨ ਤੋਂ ਮਿਸਟਰ ਹਰਵਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਕੰਪੀਟੀਸ਼ਨ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਜਿਹੜੇ ਆਫਿਸ ਨੇ ਮਲੇਰਕੋਟਲਾ ਦੇ ਵਿੱਚ ਹੈ ਰਾਏਕੋਟ ਦੇ ਵਿੱਚ ਹੈ ਜਲੰਧਰ ਹੈ ਰਾਜਪੁਰੇ ਹੈ ਔਰ ਨਾਬਾ ਦੇ ਵਿੱਚ ਯਾਨੀ ਕਿ ਪੂਰਾ ਮਾਲਵਾ ਏਰੀਆ ਦੇ ਵਿੱਚ ਬਹੁਤ ਆਫਿਸ ਹੈਗੇ ਆ ਨਾਲ ਦੀ ਨਾਲ ਜਲੰਧਰ ਦੇ ਵਾਲੇ ਜਿਹੜੇ ਨੇ ਉਹ ਵੀ ਆ ਸਕਦੇ ਆ ਜਿਵੇਂ ਅੰਮ੍ਰਿਤਸਰ ਵਾਲੇ ਜਲੰਧਰ ਪਹੁੰਚ ਸਕਦੇ ਨੇ ਉੱਥੇ ਆ ਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਆਪਾਂ ਸ਼ੁਰੂ ਕਰਦੇ ਹਾਂ ਸਰ ਸਭ ਤੋਂ ਪਹਿਲਾਂ ਕੈਨੇਡਾ ਬਾਰੇ ਇਸ ਟਾਈਮ ਜਿਵੇਂ ਆਪਾਂ ਸਟੂਡੈਂਟ ਨਾ ਕਨਫਿਊਜ਼ ਹੈ ਇੱਕ ਤਾਂ ਜਿਹੜੀਆਂ ਫਾਈਲਿੰਗ ਕਹਿੰਦੇ ਹੋਣੀ ਨਹੀਂ 31 ਮਾਰਚ ਤੱਕ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਪ੍ਰੋਪਰ ਅਪਡੇਟ ਕੀ ਹੈਗਾ ਉਸ ਤੇ ਸਭ ਤੋਂ ਪਹਿਲਾਂ ਜਿਹੜਾ 1 ਜਨਵਰੀ ਨੂੰ ਇੱਕ ਚੇਂਜਿੰਗ ਕੀਤੀ ਸੀਗੀ ਇਹਨਾਂ ਨੇ ਜਿਹੜੀ ਪਹਿਲਾਂ GIC ਜ ਕੈਨੇਡਾ ਦੀ ਉਹ 10000 ਡਾਲਰ ਸੀਗੀ ਉਸ ਨੂੰ ਪਤਾ ਕੇ ਉਹਨਾਂ ਸੇ 35 ਡਾਲਰ ਕਰ ਦਿੱਤੇ ਸੀ ਤੇ ਜਿਹਦੇ ਨਾਲ ਬੱਚਿਆਂ ਨੂੰ ਕਾਫੀ ਕਈ ਬੱਚਿਆਂ ਨੇ ਇਹਨੂੰ ਪੋਜ਼ਿਟਿਵ ਲਿਆ ਸੀ ਕਈ ਬੱਚੇ ਨੈਗੇਟਿਵ ਹੋ ਗਏ ਸੀ ਸਾਡਾ ਸਾਡਾ ਖਰਚਾ ਵੱਧ ਗਿਆ ਪਰ ਪੋਜ਼ਿਟਿਵ ਇਹਦੇ ਵਿੱਚ ਇਹ ਸੀਗੀ ਵੀ ਜਿਹੜਾ ਉਹ ਖਰਚਾ ਨਹੀਂ ਆਪਾਂ ਕਹਾਂਗੇ ਉਹ ਜਿਹੜਾ ਜੀਆਈਸੀ ਸੀਗਾ ਉਹ ਬੱਚੇ ਦੇ ਅਕਾਊਂਟ ਦੇ ਵਿੱਚ ਹੀ ਪਿਆ ਸੀ ਉਸ ਤੋਂ ਬਾਅਦ ਜਦੋਂ ਕੈਨੇਡਾ ਬੱਚਾ ਚਲਾ ਜਾਂਦਾ ਹੈਗਾ ਤਾਂ ਉਹਨੂੰ ਉਹ ਮਿਲਣਾ ਵਾਪਸ ਹੋ ਜਾਂਦਾ ਉਸ ਤੋਂ ਬਾਅਦ ਇੱਕ 22 ਜਨਵਰੀ ਨੂੰ ਜਿਹੜੇ ਸਭ ਤੋਂ ਵੱਡੀਆਂ ਅਪਡੇਟਸ ਆਈਆਂ ਨੇ ਉਹਦੇ ਵਿੱਚ ਤਿੰਨ ਵੱਡੀ ਅਪਡੇਟਸ ਸੀਗੀ ਇੱਕ ਤਾਂ ਉਹਨਾਂ ਨੇ ਕੈਪਿੰਗ ਕੀਤੀ ਹੈ ਕੈਪਿੰਗ ਦੇ ਵਿੱਚ ਕੀ ਹੈ ਵੀ ਜਿਹੜਾ ਪਹਿਲਾਂ ਕੈਨੇਡਾ ਸੀਗਾ ਉਹਦੇ ਵਿੱਚ ਕੋਈ ਵੀ ਉਹਨਾਂ ਵੱਲੋਂ ਲਿਮਟ ਨਹੀਂ ਸੀਗੀ ਵੀ ਅਸੀਂ ਕੈਨੇਡਾ ਦੇ ਵਿੱਚ ਕਿੰਨਾ ਵੀਜ਼ਾ ਲਵਾਂਗੇ ਕੈਪਿੰਗ ਦੇ ਥਰੂ ਉਹਨਾਂ ਨੇ ਇੱਕ ਫਿਕਸ ਕਰਤਾ ਵੀ ਜਿਹੜਾ ਟੋਟਲ ਇੰਟਰਨੈਸ਼ਨਲ ਸਟੂਡੈਂਟ 2024 ਦੇ ਵਿੱਚ ਆਏਗਾ ਉਹ 3,60,000 ਸਟੂਡੈਂਟ ਨੂੰ ਹੀ ਵੀਜ਼ਾ ਮਿਲੇਗਾ ਮਤਲਬ ਨੋਰਮਲ ਅਪਲਾਈ ਜ਼ਿਆਦਾ ਹੋਏਗਾ ਜਿਹਦੇ ਵਿੱਚੋਂ ਕੀ ਹੋਏਗਾ 65% ਜਿਹੜਾ ਬੱਚਿਆਂ ਨੂੰ ਵੀਜ਼ਾ ਉਹ ਦੇਣਗੇ ਤੇ ਸੈਕੰਡ ਜਿਹੜੀ ਅਪਡੇਸ਼ਨ ਸੀਗੀ ਉਹਦੇ ਵਿੱਚ ਇੱਕ ਕਾਲਜ ਨੇ ਜਿਹੜੇ ਆਪਾਂ ਨੂੰ PPP ਕਾਲਜ ਕਹਿੰਦੇ ਆ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਥਰੂ ਕਾਲਜ ਚੱਲਦੇ ਨੇ ਉਹ ਕਾਲਜਸ ਨੂੰ ਜਿਹੜਾ ਹੋਏਗਾ 1 ਸਤੰਬਰ ਤੋਂ ਬਾਅਦ ਉਹਨਾਂ ਦੇ ਵਿੱਚ ਜਿਹੜੇ ਬੱਚਾ ਐਡਮਿਸ਼ਨ ਲਏਗਾ ਉਹਦਾ ਵਰਕ ਪਰਮਿਟ ਬੰਦ ਕਰ ਦਿੱਤਾ ਜਾਏਗਾ ਬਾਕੀ ਕਾਲਜ ਤੇ ਕਿਸੇ ਤੇ ਇਫੈਕਟ ਨਹੀਂ ਪੈਗਾ ਸਿਰਫ ਜਿਹੜਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਵਿੱਚ ਕਾਲਜ ਚੱਲਦੇ ਨੇ ਸਿਰਫ ਉਹਨਾਂ ਦੇ ਉੱਪਰ ਉਹ ਵਾਲਾ ਇਫੈਕਟ ਪੈਗਾ ਇੱਕ ਅਪਡੇਸ਼ਨ ਆਈ ਸੀ ਜਿਹਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਸੀ ਜਿਹੜਾ ਸਪੋਸ ਵੀ ਜਾਗਾ ਉਹ ਫਿਊਚਰ ਦੇ ਵਿੱਚ ਜਿਹੜਾ ਸਪੋਸ ਵੀ ਜਾਊ ਜਿਵੇਂ ਗ੍ਰੈਜੂਏਸ਼ਨ ਕੀਤਾ ਬੱਚਾ ਜਿਹੜਾ ਮਾਸਟਰ ਡਿਗਰੀ ਕਰੇਗਾ ਉਹਨਾਂ ਦਾ ਵੀ ਸਪੋਸ ਜਿਹੜਾਗਾ ਉਹ ਵੀ ਜਾ ਲੱਗੇਗਾ ਬਾਕੀ ਜਿਹੜਾ ਵੀ ਜਾਗਾ ਉਹ ਬੰਦ ਕਰ ਦਿੱਤਾ ਜਾਏਗਾ ਸਭ ਤੋਂ ਵੱਡੀ ਅਪਡੇਟਸ ਜਿਹੜੀ ਅਪਡੇਟ ਆਈ ਸੀ ਉਹਦੇ ਵਿੱਚ ਕੀ ਕਿਹਾ ਗਿਆ ਸੀ 22 ਜਨਵਰੀ ਤੋਂ ਬਾਅਦ ਜਿਹੜੀ ਵੀ ਫਾਈਲ ਲੱਗੇਗੀ ਇੱਕ ਕੈਨੇਡਾ ਗਵਰਨਮੈਂਟ ਪ੍ਰੋਵਿੰਸ਼ਲ ਟੈਸਟ ਸਟੇਸ਼ਨ ਲੈਟਰ ਸਟਾਰਟ ਕਰੇਗੇ ਜਿਹਨੂੰ ਆਪਾਂ ਪੀਏਐਲ ਕਹਿੰਦੇ ਆਗੇ ਉਹ ਟੈਸਟ ਸਟੇਸ਼ਨ ਤੋਂ ਲੈਟਰ ਤੋਂ ਬਿਨਾ ਕੋਈ ਵੀ ਫਾਈਲ ਨਹੀਂ ਲੱਗੇਗੀ ਉਸ ਤੋਂ ਬਾਅਦ ਜਿਹੜੇ ਪ੍ਰੋਸੈਸਿੰਗ ਚੱਲਦੀ ਰਹੀ ਕਯੂਬਿਕ ਸਟੇਟ ਸੀਗੀ ਜਿਹੜੀ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਜੋ ਸੀਏਕਯੂ ਦਿੰਦੇ ਨੇ ਪਹਿਲਾਂ ਉਹ ਉਹਦੇ ਵਿੱਚ ਹੀ ਉਹਨਾਂ ਨੇ ਮਤਲਬ ਟੈਸਟ ਸਟੇਸ਼ਨ ਲੈਟਰ ਲੈਂਡ ਦੇਣਾ ਸਟਾਰਟ ਕਰ ਦਿੱਤਾ ਸੀ ਉਸ ਤੋਂ ਬਾਅਦ 4 ਮਾਰਚ ਨੂੰ ਇੱਕ ਅਪਡੇਟ ਆਂਦੀ ਆ ਬੀਸੀ ਜਿਹੜਾ ਹੈਗਾ ਉਹਨਾਂ ਵੱਲੋਂ ਵੀ ਟੈਸਟ ਸਟੇਸ਼ਨ ਲੈਟਰ ਜਿਹੜਾ ਸਟਾਰਟ ਕਰ ਦਿੱਤਾ ਸੀ ਅ ਜਿਹੜੇ 4 ਮਾਰਚ ਨੂੰ ਅ ਅਟੈਸਟੇਸ਼ਨ ਲੈਟਰ ਜਿਹੜੇ ਨੇ ਉਹ ਸਾਨੂੰ ਵੀ ਸਾਡੀ ਫਰਮ ਨੂੰ ਮਿਲ ਚੁੱਕੇ ਨੇ ਜਿਵੇਂ BC ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਯੂਨੀਵਰਸਿਟੀ ਹੈ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਵੈਨਕੂਵਰ ਕਮਿਊਨਿਟੀ ਕਾਲਜ ਇਹਨਾਂ ਕਾਲਜਾਂ ਵੱਲੋਂ ਜਿਹੜੇ ਨੇ ਉਹ ਟੈਸਟਿਸਸ਼ਨ ਲੈਟਰ ਮਿਲਨੇ ਸਟਾਰਟ ਹੋ ਗਏ ਨੇ ਤੇ ਹੋਪਸ ਹੋ ਅੱਗੇ ਵੀ ਜਿਹੜੇ ਅਪਡੇਟ ਆਣਗੇ ਤੁਹਾਨੂੰ ਅਸੀਂ ਜਿਹੜਾ ਉਹ ਦੱਸਦੇ ਰਹਿਵਾਂਗੇ ਹੂੰ ਬਿਲਕੁਲ ਤੁਹਾਨੂੰ ਅਪਡੇਟ ਦੀ ਗੱਲ ਕੀਤੀ ਹੈ ਕੈਨੇਡਾ ਸਟੱਡੀ ਵੀਜ਼ੇ ਤੇ ਜੇਕਰ ਤੁਸੀਂ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਸੀਂ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਇਸ ਦੇ ਉੱਤੇ ਕਾਲ ਕਰ ਸਕਦੇ ਹੋ ਜਾਂ ਕਿਸੇ ਵੀ ਕੰਪੀਟੀਸ਼ਨ ਦੇ ਨੇੜਲੇ ਆਫਿਸ ਦੇ ਵਿੱਚ ਜਾ ਕੇ ਵਿਜ਼ਿਟ ਕਰੋ ਉੱਥੇ ਜਾ ਕੇ ਜਾਣਕਾਰੀ ਲਓ ਐਕਸਪਰਟ ਟੀਮ ਹੈਗੀ ਹਰ ਆਫਿਸ ਦੇ ਵਿੱਚ ਉੱਥੇ ਪਹੁੰਚ ਕੇ ਤੁਸੀਂ ਪ੍ਰੋਪਰ ਤਰੀਕੇ ਨਾਲ ਆਪਣੀ ਫਾਈਲ ਦੀ ਆਪਣੀ ਐਲੀਜੀਬਿਲਟੀ ਚੈੱਕ ਕਰ ਟੈਸਟਮੈਂਟ ਕਰਾ ਸਕਦੇ ਹੋ ਆਪਣੇ ਡਾਕੂਮੈਂਟ ਲੈ ਕੇ ਪਹੁੰਚੋ ਕਿਸੇ ਵੀ ਨੇਲੇ ਆਫਿਸ ਮਲੇਰਕੋਟਲਾ ਨਾਬਾ ਰਾਏਕੋਟ ਰਾਜਪੁਰਾ ਦੇ ਵਿੱਚ ਤੁਸੀਂ ਪਹੁੰਚ ਕੇ ਜਿਹੜਾ ਹੈਗਾ ਇਹ ਜਾਣਕਾਰੀ ਹੈ ਜਿਹੜੀ ਲੈ ਸਕਦੇ ਹੋ ਜਾਂ ਇਸ ਸਕਰੀਨ ਦੇ ਉੱਤੇ ਆਰੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਭਾਜੀ ਹੁਣ ਇਹ ਨਾ ਇੱਕ ਨਾ ਕੈਨੇਡਾ ਨੂੰ ਲੈ ਕੇ ਪਿੱਛੇ ਜਦੋਂ ਜੀਆਈਸੀ ਵਧਿਆ ਬਹੁਤ ਸਾਰੇ ਸਟੂਡੈਂਟ ਨੇ ਪਲਾਨ ਕੀਤਾ ਸੀਗਾ ਜਿਹੜੇ ਪਲੱਸ 2 ਜਿਨ੍ਹਾਂ ਦੇ ਹੁਣ ਪੇਪਰ ਵੀ ਚੱਲ ਰਹੇ ਹੋਣੇ ਆ ਤਾਂ ਪੇਰੈਂਟਸ ਨੇ ਪਲਾਨ ਕਰ ਦਿੰਦੇ ਆ ਵੀ ਚਲੋ ਕੋਈ ਨਹੀਂ 15 ਤੋਂ 18 ਲੱਖ ਜਾਂ ਰੁਪਿਆ ਆਪਾਂ ਲੱਗਣਾ ਹੈ ਆਪਾਂ ਕੈਨੇਡਾ ਭੇਜ ਦਾਂਗੇ ਪਰ ਜਿਵੇਂ ਹੀ ਜੀਏਸੀ ਵ ਤਕਰੀਬਨ 12 12.5 ਲੱਖ ਤੱਕ ਇਕੱਲਾ ਜੀਆਈਸੀ ਦਾ ਹੀ ਹੋ ਗਿਆ ਪਰ ਜੇ ਕੋਈ ਕਿਸੇ ਦਾ ਬਜਟ ਘਟ ਹੈ ਉਸ ਦੇ ਲਈ ਕੰਪੀਟੀਸ਼ਨ ਕੋਲੇ ਕੋਈ ਆਪਸ਼ਨ ਹੈਗੀਆਂ ਨੇ ਕਿਸ ਤਰ੍ਹਾਂ ਦੇ ਨਾਲ ਉਹ ਪਲਾਨ ਕਰੇ ਕੈਨੇਡਾ ਦੇ ਵਿੱਚ ਜਾਣ ਦਾ ਕਿ ਪੁਰਾਣਾ ਖਰਚਾ ਜਿਵੇਂ 20 ਲੱਖ ਰੁਪਏ ਚਲੋ ਪਹਿਲਾਂ ਵੀ ਆਉਂਦਾ ਸੀ ਕਿ ਉਸ ਹਿਸਾਬ ਦੇ ਨਾਲ ਕੋਈ ਇਸ ਤਰ੍ਹਾਂ ਦਾ ਕੋਈ ਹੈਗਾ ਸਟੂਡੈਂਟ ਦੇ ਫਾਇਦੇ ਦੀ ਗੱਲ ਦੇਖੋ ਅਗਰ ਆਪਾਂ ਜੀਏਸੀ ਦੀ ਗੱਲ ਕਰਾਂ ਜੀਏਸੀ ਦਾ ਇਫੈਕਟ ਹਰ ਬੱਚੇ ਦੇ ਉੱਪਰ ਪਿਆਗਾ ਕਿਉਂਕਿ ਜਿਹੜੇ ਪੇਰੈਂਟਸ ਸੀਗੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਇੱਕ ਬਜਟ ਫਿਕਸ ਕੀਤਾ ਹੋਇਆ ਸੀ ਵੀ ਅਸੀਂ ਇੰਟਰਨੈਸ਼ਨਲ ਸਟੱਡੀ ਕਰਾਵਾਂ ਕੈਨੇਡਾ ਦੇ ਵਿੱਚ ਬੱਚੇ ਜਿਹੜੇ 18-20 ਲੱਖ ਦੇ ਵਿੱਚ ਬਾਹਰ ਚਲਾਇਆ ਜਾਏਗਾ ਪਰ ਅਚਾਨਕ ਹੀ ਜਦੋਂ 1 ਜਨਵਰੀ ਤੋਂ ਅਪਡੇਟ ਸੁਣਾਈ ਸੀ ਲਗਭਗ ਸਾਰੇ ਆਹਨੂੰ ਹੀ ਜਿੰਨੇ ਵੀ ਪੇਰੈਂਟਸ ਨੇ ਜਾਂ ਬੱਚਿਆਂ ਨੇ ਇਫੈਕਟ ਹਰ ਹਰ ਸਟੂਡੈਂਟ ਦੇ ਉੱਪਰ ਪਿਆਗਾ ਪਰ ਫਿਰ ਵੀ ਕਿਤੇ ਨਾ ਕਿਤੇ ਅਗਰ ਆਪਾਂ ਦੇਖਦੇ ਹਾਂ ਕਿ ਪੋਜ਼ਿਟਿਵ ਨਿਊਜ਼ ਜ਼ਰੂਰ ਹੈ ਅਗਰ ਆਪਾਂ ਕਯੂਬਿਕ ਦੇ ਵਿੱਚ ਜਾਣੇ ਉੱਥੇ ਜਿਹੜੀ ਜੀਆਈਸੀ ਆ ਉਹ 20635 ਡਾਲਰ ਦੀ بجائے 15278 ਡਾਲਰ ਭਰਨ ਦੀ ਜ਼ਰੂਰਤ ਹੈ ਬੱਚਿਓ ਅਗਰ ਆਪਾਂ ਉਹਨੂੰ ਰੁਪਈਆਂ ਦੇ ਵਿੱਚ ਗੱਲ ਕਰਾਂਗੇ ਉਹ ਜਿਹੜੀ ਸਾਰੀ ਹੋਏਗੀ 9.5 ਤੋਂ 10 ਲੱਖ ਦੇ ਕਰੀਬ ਭਰੀ ਜਾਏਗੀ ਜਿਹੜੇ ਆਪਾਂ ਬਾਕੀ ਪੂਰੀ ਕੈਨੇਡਾ ਕੰਟਰੀ ਦੀ ਜੀਆਈਸੀ ਦੀ ਗੱਲ ਕਰਦੇ ਹਾਂ ਉੱਥੇ ਥੋੜੀ ਜ਼ਿਆਦਾ ਹੈਗੇ ਆ 13.5 ਲੱਖ ਦੇ ਕਰੀਬ ਜਿਹੜੀ ਹੈਗੀ ਜੀਆਈਸੀ ਜਾ ਰਹੀ ਹੈਗੀ ਇੱਥੇ ਕਿਤੇ ਨਾ ਕਿਤੇ ਬੱਚੇ ਦਾ ਅਗਰ ਆਪਾਂ ਦੇਖਦੇ ਹਾਂਗੇ 4.5 ਲੱਖ ਦਾ ਜਿਹੜਾ ਹੈਗਾ ਬੱਚੇ ਦਾ ਫਾਇਦਾ ਹੋ ਰਿਹਾਗਾ ਸੈਕੰਡ ਜਿਹੜੀ ਆ ਬੱਚਾ ਜਾਂਦਾ ਫਿਰ ਇਹ ਕਰ ਸਕਦਾ ਵੀ ਜਿਹੜੇ ਅਗਰ ਬਾਕੀ ਕਿਸੇ ਸਟੇਟ ਦੇ ਵਿੱਚ ਜਾਂ ਪ੍ਰੋਵਿੰਸ ਦੇ ਵਿੱਚ ਬੱਚੇ ਨੇ ਜਾਣਾਗਾ ਤਾਂ ਉੱਥੇ 옵ਸ਼ਨ ਇਹ ਹੈਗੇ ਨੇ ਵੀ ਇਸ ਤਰ੍ਹਾਂ ਦੇ ਕਈ ਕਾਲਜਸ ਹੈਗੇ ਨੇ ਜਿਨ੍ਹਾਂ ਦੀ ਫੀਸ ਟੋਟਲੀ ਅਗਰ ਆਪਾਂ ਦੇਖਦੇ ਹਾਂ ਬਹੁਤ ਘੱਟ ਹੈਗੀ ਹੈਗੀ BC ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਾਲਜ ਹੈਗੇ ਨੇ ਜ ਜਿਵੇਂ ਸੀਐਨਸੀ ਕਾਲਜ ਹੈਗਾਗਾ ਸੈਲਕ੍ਰਿਕ ਕਾਲਜ ਹੈਗਾਗਾ ਨਾਰਥਰਨ ਲਾਈਟ ਕਾਲਜ ਹੈਗਾਗਾ ਇਹ ਸਾਰੇ ਕਾਲਜ ਨੇ ਜਿਹੜੇ ਜਿਵੇਂ ਕੋਸਟ ਮਾਉਂਟਨ ਕਾਲਜ ਹੈਗਾ ਇਸ ਤਰ੍ਹਾਂ ਦੇ ਜਿਹੜੇ ਕਾਲਜ ਨੇ ਜਿੱਥੇ ਟੋਟਲੀ ਅਗਰ ਆਪਾਂ ਦੇਖਦੇ ਆ ਨਾਰਮਲ ਫੀਸ 10000 ਡਾਲਰ ਹੈ ਜਾਂ 11000 ਡਾਲਰ ਅਗਰ ਆਪਾਂ ਉਹਨਾਂ ਨੂੰ ਇੰਡੀਅਨ ਰੁਪਈਏ ਦੇ ਵਿੱਚ ਚੇਂਜ ਕਰਦੇ ਆਂਗੇ ਤਾਂ 6.5 ਲੱਖ ਜਿਹਾ 6 ਦਾ 6 ਲੱਖ ਜਾਂ 7 ਲੱਖ ਦੇ ਵਿੱਚ ਵਿੱਚ ਜਿਹੜੀ ਹੈਗੀ ਉਹ ਫੀਸ ਰਹੇਗੀ ਤਾਂ ਨਾਰਮਲ ਅਗਰ ਆਪਾਂ ਦੇਖਦੇ ਆਂ ਅਗਰ 13.5 ਲੱਖ ਪਲੱਸ 6 ਜਾਂ 7 ਲੱਖ ਰੁਪਏ ਲਾਣੇ ਆ ਤਾਂ 18-19 ਦੇ ਵਿੱਚ ਬੱਚਾ ਫੇਰ ਵੀ ਬਾਹਰ ਜਾ ਰਿਹਾਗਾ ਜਾਂ ਫਿਰ ਸੈਕੰਡ ਆਪਸ਼ਨ ਜਿਹੜੀ ਆਪਾਂ ਤੁਹਾਨੂੰ ਕਯੂਬਿਕ ਦੀ ਕਹੀ ਸੀਗੀ ਉੱਥੇ ਜਿਹੜੀ ਜੀਆਈਸੀ ਆ ਉਹ 10 ਤੋਂ ਦੇ ਨੇੜੇ-ਤੇੜੇ ਹੈਗੀ ਹੈਗੀ ਉੱਥੇ ਜਿਹੜੇ ਇਸ ਤਰ੍ਹਾਂ ਦੇ ਕਾਲਜਸ ਹੈਗੇ ਨੇ ਜਿਹੜੇ 8-9 ਲੱਖ ਦੇ ਵਿੱਚ ਵਿੱਚ ਗਵਰਨਮੈਂਟ ਕਾਲਜ ਨੇ ਜਿੱਥੇ ਤੁਸੀਂ ਐਡਮਿਸ਼ਨ ਲੈ ਕੇ ਨਾਰਮਲ ਉਹੀ ਪੁਰਾਣੇ ਬਜਟ ਦੇ ਵਿੱਚ ਤੁਸੀਂ ਇੱਥੇ ਜਾ ਸਕਦੇ ਹੋ ਜੀ ਬਿਲਕੁਲ ਗੱਲ ਹੈਗੀ ਆ ਤੁਹਾਡੇ ਬਜਟ ਤੇ ਡਿਪੈਂਡ ਜੇ ਤੁਹਾਡਾ ਹਜੇ ਵੀ 15 ਤੋਂ 18 ਲੱਖ ਜਾਂ 20 ਲੱਖ ਬਜਟ ਹੈ ਤਾਂ ਤੁਸੀਂ ਤਾਂ ਵੀ ਕੰਪੀਟੀਸ਼ਨ ਦੇ ਆਫਿਸ ਦੇ ਵਿੱਚ ਪਹੁੰਚ ਸਕਦੇ ਹੋ ਕਿਉਂਕਿ ਤੁਹਾਨੂੰ ਕਯੂਬਿਕ ਦੇ ਵਿੱਚ 10000 ਜਿਹੜੀ 10 ਲੱਖ ਤਕਰੀਬਨ ਜੀਆਈਸੀ ਦੇ ਨਾਲ ਵੀਜ਼ਾ ਮਿਲੂਗਾ ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਕਾਲਜ ਨੇ ਸ਼ਾਇਦ ਪ੍ਰਾਈਵੇਟ ਕਾਲਜ ਦੀ ਭਾਜੀ ਗੱਲ ਕਰ ਰਹੇ ਆ ਜਿੱਥੇ ਤੁਸੀਂ ਗਵਰਨਮੈਂਟ ਕਾਲਜ ਤੇ ਉਹ ਜਿਹੜੇ ਗਵਰਨਮੈਂਟ ਕਾਲਜ ਨੇ ਜਿੱਥੇ ਤੁਸੀਂ ਬਹੁਤ ਘੱਟ ਫੀਸ ਦੇ ਨਾਲ ਅਪਲਾਈ ਕਰਕੇ ਜਿਹੜਾ ਵੀਜ਼ਾ ਲੈ ਸਕਦੇ ਹੋ ਔਰ ਉਸ ਤੋਂ ਬਾਅਦ ਉੱਥੇ ਜਾ ਕੇ ਤੁਸੀਂ ਕਮਾਈ ਕਰਕੇ ਆਪਣੀ ਅਗਲੀ ਫੀਸ ਦਾ ਜਿਹ ਪੁਰਾਣੇ ਖਰਚੇ ਦੇ ਵਿੱਚ ਵੀ ਤੁਸੀਂ ਕੈਨੇਡਾ ਜਾ ਸਕਦੇ ਹੋ तकरीबन ਜਿਹੜੇ 20 ਲੱਖ ਰੁਪਏ ਲਾਉਣਾ ਚਾਹੁੰਦੇ ਆ ਕੈਨੇਡਾ ਜਾਣਾ ਚਾਹੁੰਦੇ ਨੇ ਉਹ ਵੀ ਕੰਟੈਕਟ ਕਰਨਾ ਇਸ ਨੰਬਰ ਦੇ ਉੱਤੇ ਜਿਆਦਾ ਜਾਣਕਾਰੀ ਦੇ ਲਈ ਔਰ ਨਾਲ ਦੇ ਨਾਲ ਭਾਜੀ ਜਿਵੇਂ ਤਿੰਨ ਤਰ੍ਹਾਂ ਦੇ ਆਪਾਂ ਕਾਲਜ ਮੰਨਦੇ ਆ ਕੈਨੇਡਾ ਦੇ ਵਿੱਚ ਹੁੰਦੇ ਆ ਜਿਵੇਂ ਇੱਕ ਗਵਰਨਮੈਂਟ ਕਾਲਜ ਹੋਗੇ ਇੱਕ ਹੋਗੇ ਪਾਥਵੇ ਵਾਲੇ ਕਾਲਜ ਹਨਾ ਇੱਕ ਹੈ ਪ੍ਰਾਈਵੇਟ ਕਾਲਜ ਇਹਨਾਂ ਦਾ ਨਾਂ ਪਾਥਵੇ ਜਾਂ ਨਾਂ ਵਰਕ ਪਰਮਿਟ ਵੀ ਸ਼ਾਇਦ ਪਤ ਨਹੀਂ ਬਾਅਦ ਤੋਂ ਉਸ ਤੋਂ ਬਾਅਦ ਸਟੂਡੈਂਟ ਨੂੰ ਕਾਲਜ ਚੇਂਜ ਕਰਨਾ ਪੈਂਦਾ ਜਾਂ ਅਲਮਾਈ ਜਾਂ ਕੁਛ ਨਾ ਕੁਛ ਲੈਣਾ ਪੈਂਦਾ ਆਪਾਂ ਇੱਕ ਕਾਲ ਲੈ ਲਈਏ ਸਰ ਬਿਲਕੁਲ ਹੀ ਬਿਲਕੁਲ ਹ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਹਾਂ ਹਿਮਾਨੀ ਗੱਲ ਕਰਦੀ ਹੈ ਹਾਂਜੀ ਹਿਮਾਨੀ ਜੀ ਆਪਣੀ ਪ੍ਰੋਫਾਈਲ ਦੱਸੋ ਜੀ ਕੀ ਹੈ ਜੀ ਤੁਹਾਡਾ ਸਵਾਲ ਵੀ ਦੱਸ ਦਿਓ ਤੁਸੀਂ ਸਾਡੇ ਐਕਸਪਰਟ ਨਾਲ ਗੱਲ ਕਰ ਸਕਦੇ ਹੋ ਸਰ ਮੈਂ ਗ੍ਰੈਜੂਏਸ਼ਨ ਕੀਤੀ ਹੈ 2023 ਦੇ ਵਿੱਚ ਹਾਂਜੀ ਵਿਦ 88% ਮਾਰਕਸ ਐਂਡ ਮੈਰਿਡ ਹਾਂ ਮੈਂ ਠੀਕ ਹੈ ਜੀ ਤੇ ਮੈਂ ਇਹ ਪੁੱਛਣਾ ਚਾਹਨੀ ਹਾਂ ਕਿ ਮੈਂ ਮਾਸਟਰਸ ਲਈ ਅਪਲਾਈ ਕਰਕੇ ਵਿਦ ਸਪਾਊਸ ਆਪਣਾ ਮਤਲਬ ਮੈਂ ਐਲੀਜੀਬਲ ਹਾਂ ਮਿਸਲ ਹੋ ਸਕਦਾ ਹੈ ਮੇਰਾ ਪ੍ਰੋਸੈਸ ਕਿਹੜੇ ਕੁਝ ਆਰਸੀ ਸਿੱਧੇ ਜੂਰੂਸ ਚੇਂਜ ਹੋਏ ਨੇ ਜੀ ਕਿਹੜੀ ਕੰਟਰੀ ਬਾਰੇ ਪੁੱਛ ਰਹੇ ਹੋ ਤੁਸੀਂ ਕੈਨੇਡਾ ਬਾਰੇ ਜੀ ਸਰ ਮੈਂ ਕੈਨੇਡਾ ਬਾਰੇ ਗੱਲ ਕਰ ਰਹੀ ਜੀ ਬਿਲਕੁਲ ਮੰਨੀ ਜੀ ਤੁਹਾਨੂੰ ਜਿਹੜਾਗਾ ਜਵਾਬ ਦਿੰਨੇ ਆਗੇ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੋਈ ਆ ਮਾਨੀ ਜੀ ਤੁਸੀਂ ਤੁਹਾਨੂੰ ਪਤਾ ਹੀ ਆ ਸੀ ਜਿਹੜਾ ਹੈਗਾ ਸੋ ਉਹਦੇ ਵਿੱਚ ਵੀ ਦੱਸ ਚੁੱਕਿਆ ਆਂ ਕਿ ਅਗਰ ਤੁਸੀਂ ਸਪਸ ਬੀਜਾ ਜਿਹੜਾ ਉਹਦੇ ਥੋੜੇ ਚੇਂਜਿੰਗ ਹੋਈਆਂ ਨੇ ਅਗਰ ਤੁਸੀਂ ਸਪਸ ਬੀਜਾ ਲਗਾਣਾ ਹੋਏਗਾ ਤਾਂ ਤੁਹਾਨੂੰ ਮਾਸਟਰ ਡਿਗਰੀ ਲੈਣੀ ਪੈਗੀ ਤੁਹਾਡੇ ਕੋਲ ਗ੍ਰੈਜੂਏਸ਼ਨ ਹੈਗੀ ਆ ਤੁਸੀਂ ਕੈਨੇਡਾ ਦੇ ਵਿੱਚ ਮਾਸਟਰ ਡਿਗਰੀ ਲੈ ਕੇ ਤੁਹਾਡੇ ਸਪਸ ਤੇ ਤੁਸੀਂ ਆਪਣੇ ਦੋਨਾਂ ਦੀ ਇਕੱਠੀ ਫਾਈਲ ਲਗਾ ਸਕਦੇ ਹੋ ਤੁਸੀਂ ਇਲੀਜੀਬਲ ਹੋ ਪਰਸੈਂਟੇਜ ਅੱਛੀ ਆ ਤੇ ਜਿਹੜਾ ਤੁਸੀਂ ਪਾਸ ਆਊਟ ਹੋ ਬਿਲਕੁਲ ਇਕੱਠੇ ਜਾ ਸਕਦੇ ਨੇ ਤੁਸੀਂ ਤੁਹਾਡੀ ਇਕੱਠਿਆਂ ਦੀ ਫਾਈਲ ਲੱਗੇਗੀ ਜੀ ਸਰ ਮਤਲਬ ਸਰ ਇਹਦਾ ਸਕਸੈਸ ਰੇਟ ਕੁਝ ਇਦਾਂ ਤਾਂ ਨਹੀਂ ਹੈ ਕਿ ਮੇਰੇ ਮੇਰੀ এডਿਕੇਸ਼ਨ ਦੇ ਅਕੋਰਡਿੰਗ ਹਸਬੰਡ ਦੀ ਵੀ এডਿਕੇਸ਼ਨ ਬਰਾਬਰ ਹੋਣੀ ਚਾਹੀਦੀ ਹੈ ਜਾਂ ਕੁਝ ਨਹੀਂ ਇਸ ਤਰ੍ਹਾਂ ਤਾਂ ਤੁਸੀਂ ਤੁਹਾਨੂੰ ਤੁਸੀਂ ਨੇ ਬੈਂਡ ਕਿਨੇ ਦੱਸੇ ਸੀਗੇ ਤੁਹਾਡੇ ਜਿਹੜੇ ਆਲਸ ਦੇ ਵਿੱਚੋਂ ਬੈਂਡ ਸਰ ਓਵਰਲ 7 ਨਾਟ ਲੈਸ ਦੈਨ 6 ਠੀਕ ਹੈ ਤੁਹਾਡੀ ਐਸਡੀਐਸ ਪ੍ਰੋਫਾਈਲ ਬਣ ਰਹੀ ਹੈ ਕਿ ਐਸਡੀਐਸ ਪ੍ਰੋਫਾਈਲ ਹੈ ਜਿਹੜੀ ਉਹ ਕੈਨੇਡਾ ਤੋਂ ਨੂੰ ਹੀ ਪਤਾ ਹੈ ਕਿ ਸਕਸੈਸ ਰੇਟ ਬਹੁਤ ਜ਼ਿਆਦਾ ਹੁੰਦੀ ਹੈ ਤੁਹਾਡਾ ਜਿਹੜਾ ਅਗਰ ਵੀਜ਼ਾ ਤੁਹਾਡੇ ਚਾਂਸ ਜ਼ਿਆਦਾ ਨੇ ਤੁਹਾਡੇ ਸਪਾਊਸ ਦੇ ਜਿਹੜੇ ਨੇ ਉਹ ਅਗਰ ਤੁਸੀਂ ਕਹਿੰਨੇ ਹੋਗੇ ਵੀ ਚਾਂਸਸ ਕਿੰਨੇ ਨੇ ਕਿਉਂਕਿ ਉਹਨਾਂ ਦੇ ਵੀ ਫੁੱਲ ਚਾਂਸਸ ਹੋਣਗੇ ਮਾਸਟਰ ਡਿਗਰੀ ਲੈਣਾ ਹੈ ਸਭ ਤੋਂ ਵੱਡੀ ਗੱਲ ਹੈ ਜਿਹੜੀ ਅਗਰ ਤੁਸੀਂ ਕੈਨੇਡਾ ਦੇ ਵਿੱਚ ਜਾਣਾਗਾ ਤੇ ਸੈਕੰਡ ਜਿਹੜਾ ਇਹ ਹੈਗਾ ਯੂਨੀਵਰਸਿਟੀ ਨੂੰ ਵੀ ਪ੍ਰੀਫਰ ਕਰਿਓ ਤੁਸੀਂ ਜੀ ਓਕੇ ਸਰ ਠੀਕ ਹੈ ਸਰ ਅ ਬਿਲਕੁਲ ਆਪਾਂ ਸਪਾਊਸ ਵੀਜ਼ਾ ਦਾ ਇਹ ਸਵਾਲ ਵੀ ਕਰਾਂਗੇ ਭਾਜੀ ਨੂੰ ਸਾਡਾ ਅਗਲਾ ਸਵਾਲ ਸੀਗਾ ਸਾਡੇ ਨਾਲ ਕਾਲਰ ਜੁੜੇ ਆ ਤੁਸੀਂ ਸਪਾਊਸ ਵੀਜ਼ਾ ਤੇ ਜਾਣਾ ਤਾਂ ਤੁਹਾਨੂੰ ਮਾਸਟਰ ਡਿਗਰੀ ਲਈ ਤੁਹਾਨੂੰ ਅਪਲਾਈ ਕਰਨਾ ਪਊਗਾ ਤੁਸੀਂ ਕੈਨੇਡਾ ਦੇ ਵਿੱਚ ਆਪਣੇ ਸਪਾਊਸ ਨਾਲ ਜਾ ਸਕਦੇ ਹੋ ਇਹਨਾਂ ਨੂੰ ਜਵਾਬ ਮਿਲ ਚੁੱਕਾ ਤੁਸੀਂ ਸ਼ੋਅ ਤੋਂ ਬਾਅਦ ਵੀ ਕਾਲ ਕਰੋ ਭਾਜੀ ਆਪਾਂ ਗੱਲ ਕਰ ਰਹੇ ਸੀ ਵੀ ਕੈਨੇਡਾ ਦੇ ਵਿੱਚ ਜਿਹੜੇ ਕਾਲਜ ਨੇ ਇੱਕ ਤਾਂ ਪ੍ਰਾਈਵੇਟ ਕਾਲਜ ਨੇ ਇੱਕ ਪਾਥਵੇ ਵਾਲੇ ਨੇ ਇੱਕ ਗਵਰਨਮੈਂਟ ਕਾਲਜ ਨੇ ਗਵਰਨਮੈਂਟ ਕਾਲਜ ਐਡਮਿਸ਼ਨ ਸ਼ਾਇਦ ਬਹੁਤ ਵਧੀਆ ਪ੍ਰੋਫਾਈਲਸ ਨੂੰ ਮਿਲੂਗਾ ਜੀ ਤੇ ਪਾਥਵੇ ਵਾਲਿਆਂ ਨੂੰ ਵੀ ਬੰਦ ਕਰ ਰਹੇ ਨੇ ਤੇ ਪ੍ਰਾਈਵੇਟ ਨੂੰ ਵੀ ਚਲੋ ਪ੍ਰਾਈਵੇਟ ਪਹਿਲਾਂ ਵੀ ਸੀ ਕਿਸ ਤਰ੍ਹਾਂ ਦੇ ਨਾਲ ਸਟੂਡੈਂਟ ਨੂੰ ਕਨਫਿਊਜ਼ ਹੈ ਵੀ ਕਿੱਥੇ ਅਪਲਾਈ ਕਰੇ ਉਹ ਦੇਖੋ ਅਗਰ ਆਪ ਮਤਲਬ ਬੰਦ ਕਰਨ ਦੀ ਗੱਲ ਕਰਦੇ ਆ ਕੋਈ ਵੀ ਕਾਲਜ ਬੰਦ ਨਹੀਂ ਹੋਏਗਾ ਕੁਝ ਉਹਨਾਂ ਦੇ ਰਾਈਟਸ ਨੇ ਜਿਹੜੇ ਉਹ ਵਾਪਸ ਲੈ ਗਏ ਨੇ ਜਿਹੜੇ ਕੈਨੇਡਾ ਗਵਰਨਮੈਂਟ ਵੱਲੋਂ ਪਹਿਲਾਂ ਤਾਂ ਆਪਾਂ ਕਾਲਜਸ ਦੱਸ ਦਿੰਨਾ ਪਬਲਿਕ ਕਾਲਜ ਉਹ ਜਿਹੜੇ ਜਿਨ੍ਹਾਂ ਨੂੰ ਗਵਰਨਮੈਂਟ ਚਲਾ ਰਹੀ ਆ ਪ੍ਰਾਈਵੇਟ ਕਾਲਜ ਉਹ ਆ ਜਿਨ੍ਹਾਂ ਨੂੰ ਪ੍ਰਾਈਵੇਟ ਬਾਡੀ ਚਲਾ ਰਹੀ ਹੈ ਤੇ ਪਾਥਵੇ ਇਹ ਹੈਗਾ ਵੀ ਗਵਰਨਮੈਂਟ ਕਾਲਜਾਂ ਕੋਈ ਵੀ ਇਸ ਤਰ੍ਹਾਂ ਦਾ ਕਾਲਜ ਹੈ ਜਿਹਨੂੰ ਕੈਨੇਡਾ ਗਵਰਨਮੈਂਟ ਵੱਲੋਂ ਵਰਕ ਪਰਮਿਟ ਦੇ ਰਾਈਟ ਨੇ ਤੇ ਉਹ ਕਾਲਜ ਦੇ ਵਿੱਚ ਇੱਕ ਸਾਲ ਜਿਹੜਾਗਾ ਕਿਸੇ ਵੀ ਕਾਲਜ ਜਿਹੜੇ ਨਾਲ ਉਹਨਾਂ ਦਾ ਟਾਈਪ ਹੈਗਾ ਇੱਕ ਸਾਲ ਉੱਥੇ ਪੜ ਕੇ ਅਗਲਾ ਜਿਹੜਾ ਹੋਏਗਾ ਜਾਂ ਬਾਕੀ ਉਹਦੀ ਜਿਹੜੀ ਸਟੱਡੀ ਹੋਏਗੀ 메ਨ ਕਾਲਜ ਦੇ ਵਿੱਚ ਪੜਨਾ ਪਵੇਗਾ ਜਿਹਨੂੰ ਆਪਾਂ ਪਾਥਵੇ ਕਹਿੰਦੇ ਆਂ ਕਿ ਪਾਥਵੇ ਹੁੰਦਾ ਵੀ ਆਪਾਂ ਇੱਕ ਕਾਲਜ 'ਚ ਪੜ ਕੇ ਅਗਲੀ ਕੰਟੀਨਿਊ ਜਿਹੜਾ ਆਪਣਾ ਕੋਰਸ ਆਗਾ ਦੂਸਰੇ ਕਿਸੇ ਵੀ ਇਸ ਤਰ੍ਹਾਂ ਦੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਕਰ ਸਕਦੇ ਹਾਂ ਜਿੱਥੇ ਤੁਹਾਨੂੰ ਪਾਥਵੇ ਦੇ ਥਰੂ ਵਰਕ ਪਰਮਿਟ ਮਿਲੇਗਾ ਤੇ ਥਰਡ ਕਾਲਜ ਉਹਨੇ ਜਿਹੜੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਕਾਲਜ ਇਹ ਕਾਲਜ ਉਹਨੇ ਜਿਨ੍ਹਾਂ ਨੂੰ ਇੱਕ ਮਤਲਬ ਬਈ ਕਹਾਂਗੇ ਵੀ ਅਸਲ ਵਿੱਚ ਕਾਲਜ ਜਿਹੜਾ ਹੈਗਾ ਉਹ ਕਿਤੇ ਹੋਰ ਚੱਲ ਰਿਹਾ ਹੈਗਾ ਤੇ ਉਹ ਕਾਲਜ ਵੱਲੋਂ ਇੱਕ ਸੈਟੇਲਾਈਟ ਕੈਂਪਸ ਕਿਤੇ ਹੋਰ ਸਿਟੀ ਦੇ ਵਿੱਚ ਅ ਮਤਲਬ ਜਿਹੜਾ ਸਟੈਬਲਿਸ਼ ਕੀਤਾ ਜਾਂਦਾ ਹੈਗਾ ਜਿਹਦੇ ਵਿੱਚ ਉਹਨਾਂ ਨੂੰ ਪੂਰੇ ਰਾਈਟਸ ਹੁੰਦੇ ਨੇ ਵੀ ਉਹ ਸਟੱਡੀ ਜਿਹੜੀ ਹੈਗੀ ਨਾਮ ਉਹ ਜਿਹੜਾ ਯੂਜ਼ ਹੋਏਗਾ ਪਬਲਿਕ ਕਾਲਜ ਦਾ ਹੋਏਗਾ ਪੂਰੀ ਬਾਡੀ ਜਿਹੜੀ ਹੋਏਗੀ ਉਹਨੂੰ ਕੰਟਰੋਲ ਕਰੇਗੀ ਉਹ ਪ੍ਰਾਈਵੇਟ ਹੋਏਗੀ ਵਰਕ ਵਰਕ ਪਰਮਿਟ ਦੇ ਰਾਈਟਸ ਨੇ ਜਿਹੜੇ ਉਹ ਕੈਨੇਡਾ ਗਵਰਨਮੈਂਟ ਵੱਲੋਂ ਪਹਿਲਾਂ ਦਿੱਤੇ ਗਏ ਸੀਗੇ ਤੇ ਹੁਣ ਮਤਲਬ ਪਿਛਲੇ 10 ਸਾਲਾਂ ਤੋਂ ਇਹ ਜਿਹੜਾ ਇਹ ਜਿਹੜਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦਾ ਜਿਹੜਾ ਹੈਗਾ ਕਾਲਜ ਜਿਹੜੇ ਨੇ ਚੱਲ ਰਹੇ ਨੇ ਪਰ ਹੁਣ ਜਿਹੜੇ 1 ਸਤੰਬਰ ਤੋਂ ਬਾਅਦ ਉਹਨਾਂ ਨੂੰ ਜਿਹੜੇ ਵਰਕ ਦੇ ਰਾਈਟ ਨੇ ਉਹ ਮਤਲਬ ਵਾਪਸ ਲੈ ਲੈ ਜਾਣਗੇ ਇਹ ਨਹੀਂ ਹੈਗਾ ਵੀ ਤੁਸੀਂ ਉਹ ਕਾਲਜ ਦੇ ਵਿੱਚ ਪੜ੍ਹ ਨਹੀਂ ਸਕਦੇ ਅਗਰ ਤੁਸੀਂ ਉਹ ਕਾਲਜ ਦੇ ਵਿੱਚ ਪੜ੍ਹੋਗੇ ਤੁਹਾਨੂੰ ਵਰਕ ਪਰਮਿਟ ਜਿਹੜਾ ਹੈਗਾ ਨਹੀਂ ਮਿਲੇਗਾ ਬਾਕੀ ਸਰ ਜਿੰਨੇ ਕਾਲਜ ਹੈਗੇ ਨੇ ਕੋਈ ਪ੍ਰਾਈਵੇਟ ਕਾਲਜ ਹੈਗਾਗਾ ਜਿਹਨੂੰ ਵਰਕ ਰਾਈਟ ਹੈਗੇ ਨੇ ਉਹਨਾਂ ਨੂੰ ਐਜੀਟੀ ਮਿਲੇਗਾ ਅਗਰ ਕੋਈ ਪ੍ਰਾਈਵੇਟ ਕਾਲਜ ਜਿਹਨੂੰ ਵਰਕ ਰਾਈਟ ਪਹਿਲਾਂ ਵੀ ਨਹੀਂ ਸੀਗੇ ਤੇ ਉਹਨੂੰ ਜਿਹੜਾ ਹੋਏਗਾ ਉਹ ਉੱਥੇ ਮਤਲਬ ਕੋਈ ਚੇਂਜੇਸ ਨਹੀਂ ਹੈਗੀ ਤੁਸੀਂ ਅਗਰ ਮੇਨ ਪ੍ਰੋਬਲਮ ਕੀ ਆਂਦੇ ਆ ਬੱਚਿਆਂ ਨੂੰ ਜਿਹੜੇ ਜਿਵੇਂ ਬੱਚੇ ਕਹਿੰਦੇ ਨੇ ਹਾਂਜੀ ਮੈਂ ਵੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਨਹੀਂ ਮਿਲੇਗਾ ਵਰਕ ਪਰਮਿਟ ਅਗਰ ਤੁਸੀਂ ਕਿਸੇ ਪਬਲਿਕ ਕਾਲਜ ਦੇ ਵਿੱਚ ਜਾਓਗੇ ਤੁਹਾਨੂੰ ਵਰਕ ਪਰਮਿਟ ਦੇ ਰਾਈਟਸ ਹੈਗੇ ਨੇ ਕਿਸੇ ਯੂਨੀਵਰਸਿਟੀ ਜਾਓਗੇ ਉੱਥੇ ਵਰਕ ਪਰਮਿਟ ਦੇ ਰਾਈਟ ਹੈਗੇ ਨੇ ਅਗਰ ਤੁਸੀਂ ਕਿਤੇ ਪ੍ਰਾਈਵੇਟ ਕਾਲਜ ਦੇ ਵਿੱਚ ਜਾ ਰਹੇ ਹੋ ਅਗਰ ਉਹਨੂੰ ਪਹਿਲਾਂ ਹੀ ਵਰਕ ਪਰਮਿਟ ਦੇ ਰਾਈਟ ਹੈਗੇ ਨੇ ਤਾਂ ਉਹ ਵੀ ਕੰਟੀਨਿਊ ਰਹੇਗਾ ਸਿਰਫ ਉਹ ਵਾਲੇ ਕਾਲਜ ਜਿਹੜਾ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਥਰੂ ਚੱਲ ਰਹੇ ਸੀਗੇ ਸਿਰਫ ਉਹਨਾਂ ਨੂੰ ਵਰਕ ਰਾਈਟ ਬੰਦ ਹੋਣਗੇ ਆਦਰਵਾਈਜ਼ ਬਾਕੀ ਕੈਨੇਡਾ ਨੋਰਮਲ ਚੱਲੇਗਾ ਬਿਲਕੁਲ ਕੈਨੇਡਾ ਦੇ ਵਿੱਚ ਜਿਵੇਂ ਵਰਕ ਰਾਈਟ ਨੂੰ ਲੈ ਕੇ ਬਹੁਤ ਸਾਰੀਆਂ ਕਨਫਿਊਜ਼ਨ ਨੇ ਤਾਂ ਭਾਜੀ ਨੇ ਉਹ ਵੀ ਦੂਰ ਕੀਤੀਆਂ ਕਿ ਬਿਲਕੁਲ ਉਸੇ ਤਰੀਕੇ ਦੇ ਨਾਲ ਚੱਲ ਰਿਹਾ ਬਹੁਤ ਸਾਰੇ ਕਾਲਜ ਨੇ ਜਿਹੜੇ ਪਾਥਵੇ ਪ੍ਰੋਗਰਾਮ ਵਾਲੇ ਨੇ ਉਹਨਾਂ ਨੂੰ ਅਸਰ ਪਊਗਾ ਬਾਕੀ ਪ੍ਰਾਈਵੇਟ ਕਾਲਜ ਨੇ ਚਾਹੇ ਗਵਰਨਮੈਂਟ ਕਾਲਜ ਨੇ ਕੋਈ ਅਸਰ ਨਹੀਂ ਹੈ ਸੇਮ ਤਰੀਕੇ ਦੇ ਨਾਲ ਕੰਮ ਹੋਊਗਾ ਬਹੁਤ ਸਾਰੀਆਂ ਆਪਸ਼ਨਸ ਨੇ ਤੁਹਾਨੂੰ ਜਿਹੜੀਆਂ ਉੱਥੇ ਜਾ ਕੇ ਮਿਲ ਸਕਦੀਆਂ ਨੇ ਸਟੱਡੀ ਤੋਂ ਬਾਅਦ ਤੁਸੀਂ ਕਿਸ ਇੱਕ ਵਾਰੀ ਹੁੰਦਾ ਵੀਜ਼ਾ ਲੱਗ ਜਾਵੇ ਸਟੂਡੈਂਟ ਉੱਥੇ ਪਹੁੰਚ ਜਾਵੇ ਉਸ ਤੋਂ ਬਾਅਦ ਆਪਸ਼ਨ ਮਿਲਦੀਆਂ ਰਹਿੰਦੀਆਂ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਨਾਮ ਮਸਕਾਨ ਹੈ ਹਾਂਜੀ ਮਸਕਾਨ ਜੀ ਆਪਣੀ ਪ੍ਰੋਫਾਈਲ ਦੱਸੋ ਜੀ ਕੀ ਕੀ ਕੀਤਾ ਹੋਇਆ ਤੁਸੀਂ ਔਰ ਕਿੱਥੇ ਜਾਣਾ ਚਾਹੁੰਦੇ ਹੋ ਸਰ ਮੇਨੀ ਟੈਸਟ ਕੀਤੀ ਹੋਈ ਹੈ 2022 ਮੇਂ ਮੇਰੇ پاس ਰਿਜ਼ਲਟ ਹੈ ਠੀਕ ਹੈ ਜੀ ਜੀ ਸਰ ਆਇਲਟ ਕੀਤੀ ਹੋਈ ਹੈ ਓਵਰ 6 ਪੈਂਡ ਮੇਰੇ ਓਵਰঅল ਈਚ ਈ 6 ਨੇ ਜਾਂ ਕਿਸੇ ਦੇ ਵਿੱਚੋਂ ਘਟਨੇ ਤੁਹਾਡੇ ਸਰ ਈਚ ਵੀ ਓਕੇ ਜੀ ਠੀਕ ਆ ਓਕੇ ਜੀ ਹਾਂਜੀ ਐਂਡ ਸਰ ਕੈਨੇਡਾ ਸਟਡੀ ਵੀਜ਼ਾ ਕੇ ਰਿਗਾਰਡਿੰਗ ਪੁੱਛਣੀ تھی ਜੀ ਅ 12th ਤੁਸੀਂ ਮਤਲਬ ਕਿਹੜੇ ਫੀਲਡ ਦੇ ਵਿੱਚ ਕੀਤੀ ਆ ਸਰ ਮੀਨ ਸਟਰੀਮ ਮੇਰੀ ਕਮਰਸ ਹੈ ਸਰ ਠੀਕ ਆ ਤੁਸੀਂ ਕੀ ਪੁੱਛਣਾ ਮਤਲਬ ਕੈਨੇਡਾ ਤੁਹਾਡਾ ਵੀਜ਼ਾ ਲੱਗੇਗਾ ਜਾਂ ਕੋਈ ਹੋਰ ਤੁਹਾਡਾ ਕੋਈ ਕੁਐਸਚਨ ਜਾਂ ਸਵਾਲ ਹੈਗਾ ਸੇਮ ਵੀ ਕੁਐਸ਼ਨ ਹੈ ਕਿ ਜਿਵੇਂ ਕਿ ਅੱਜਕੱਲ ਬਾਤ ਚੱਲ ਰਹੀ ਹੈ ਕਿ ਮਤਲਬ ਕਿ ਗ੍ਰੈਜੂਏਸ਼ਨ ਕੰਪਲਸਰੀ ਹੈ 12th ਇਸ ਕਰਕੇ ਮੈਨੂੰ ਬਾਤ ਕੋਲੇ ਇੱਕ ਬਾਤ ਕਲੀਅਰ ਕਰਨੀ ਸੀ ਠੀਕ ਹੈ ਤੁਸੀਂ ਸਪਾਊਸ ਦਾ ਨਾਲ ਲਗਾਣਾ ਕੱਲਿਆਂ ਨੇ ਫਰ ਲਗਾਣੀਆਂ ਹਾਂਜੀ ਸਰ ਸਿੰਗਲ ਜੀ ਤੁਹਾਡੀ ਪ੍ਰੋਫਾਈਲ ਓਕੇ ਹੈ ਗ੍ਰੈਜੂਏਸ਼ਨ ਜਿਹੜਾ ਹੈ ਗ੍ਰੈਜੂਏਸ਼ਨ ਦੇ ਵਿੱਚ ਥੋੜੀ ਚੇਂਜੇਜ ਇਹ ਹੈ ਕਿ ਜਿਵੇਂ ਆਪਾਂ ਹੁਣ ਹੀ ਮੈਂ ਇਸ ਤੋਂ ਸੋਦੇ ਵਿੱਚ ਦਰ ਚੁੱਕਿਆਂਗਾ ਅਗਰ ਤੁਸੀਂ ਸਪਾਊਸ ਨੂੰ ਨਾਲ ਲੈ ਜਾਣਾ ਚਾਹੁੰਦਾ ਤਾਂ ਤੁਹਾਨੂੰ ਗ੍ਰੈਜੂਏਸ਼ਨ ਕਰਨੀ ਮਸਟ ਹੈ ਅਗਰ ਤੁਸੀਂ ਪਲੱਸ 2 ਕੀਤੀ ਹੈ ਨੋਰਮਲ ਕੱਲੇ ਤੁਸੀਂ ਜਾਣਾਗਾ ਉਹ ਏਜਟੀ ਚੱਲੇਗਾ ਜਿਵੇਂ ਤੁਹਾਡ ਬਾਕੀ ਬੱਚਿਆਂ ਨੂੰ ਵੀਜ਼ਾ ਮਿਲ ਚੁੱਕਿਆ ਹੈਗਾ ਤੁਹਾਡੀ ਪ੍ਰੋਫਾਈਲ ਓਕੇ ਹੈ ਜੀ ਤੁਹਾਡਾ ਕੋਈ ਏਰੀਆ ਪ੍ਰਫਰੈਂਸ ਹੋਵੇ ਜਾਂ ਨਾ ਉਸ ਤੋਂ ਬਾਅਦ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਜਿਹੜੇ ਆਪਸ਼ਨ ਪ੍ਰੋਵਾਈਡ ਕਰਵਾ ਦੇਵਾਂਗੇ ਬਸ ਇੱਕ ਚੀਜ਼ ਯਾਦ ਰੱਖਣਾ ਤੁਸੀਂ ਉਹ ਵਾਲੇ ਕਾਲਜ ਦੇ ਵਿੱਚ ਐਡਮਿਸ਼ਨ ਕਰਵਾਣੇ ਜਿੱਥੇ ਤੁਹਾਨੂੰ ਵਰਕ ਪਰਮਿਟ ਮਿਲੇਗਾ ਸਟੱਡੀ ਤੋਂ ਬਾਅਦ ਜੀ ਜੀ ਓਕੇ ਹਮ ਬਿਲਕੁਲ ਜਿਹੜੇ ਵੀ ਦਰਸ਼ਕ ਸਾਨੂੰ ਕਾਲ ਕਰ ਰਹੇ ਆ ਕਈ ਵਾਰੀ ਅਸੀਂ ਥੋੜੀ ਡਿਸਕਸ ਭਾਈਨਾ ਸਵਾਲ ਜਿਹੜੇ ਨੇ ਇਸ ਤਰ੍ਹਾਂ ਦੇ ਹੁੰਦੇ ਆ ਕਾਲ ਨਹੀਂ ਲੈ ਪਾਰੇ ਪਰ ਸ਼ੋਅ ਤੋਂ ਬਾਅਦ ਤੁਹਾਨੂੰ ਬੈਕ ਕਾਲ ਆਊਗੀ ਜਾਂ ਵੇਟਿੰਗ ਦੇ ਵਿੱਚ ਕਾਲ ਹੈ ਤਾਂ ਵੀ ਤੁਹਾਨੂੰ ਬੈਕ ਕਾਲ ਆਊਗੀ ਜਾਂ ਤੁਸੀਂ ਸ਼ੋਅ ਤੋਂ ਬਾਅਦ ਵੀ ਕਾਲ ਜਿਹੜੀ ਹੈ ਕਰ ਸਕਦੇ ਹੋ ਕੰਟੀਨਿਊਸ ਨੰਬਰ ਦੇ ਉੱਤੇ ਕਿਸੇ ਵੀ ਟਾਈਮ ਸਵੇਰੇ 9:30 ਤੋਂ ਲੈ ਕੇ ਸ਼ਾਮੀ 6:30 ਵਜੇ ਤੱਕ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਕਿਸੇ ਵੀ ਨੇੜਲੇ ਆਫਿਸ ਦੇ ਵਿੱਚ ਮਿਲ ਸਕਦੇ ਹੋ ਖਾਸ ਤੌਰ ਤੇ ਮਲੇਰ ਕੋਟਲਾ ਨਾਬਾ ਰਾਏਕੋਟ রাজপুরা ਜੇ ਜਲੰਧਰ ਇਹਨਾਂ ਜਗ੍ਹਾ ਤੇ ਜਿਹੜੇ ਰਹਿਣ ਵਾਲੇ ਨੇ ਜਾਂ ਇਹਦੇ ਨੇੜੇ ਰਹਿਣ ਵਾਲੇ ਉਹਨਾਂ ਉਹਨਾਂ ਦੇ ਲਈ ਬਹੁਤ ਸਾਰੇ ਆਪਸ਼ਨਸ ਹੈਗੀਆਂ ਕੰਪੀਟੀਸ਼ਨ ਵੱਲੋਂ ਬਹੁਤ ਸਾਰੇ ਸਟੂਡੈਂਟ ਨੂੰ ਪਹਿਲਾਂ ਹੀ ਵਿਦੇਸ਼ਾਂ ਦੇ ਵਿੱਚ ਭੇਜਿਆ ਗਿਆ ਔਰ ਤੁਹਾਨੂੰ ਵੀ ਜਿਹੜਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕੀਤਾ ਜਾ ਸਕਦਾ ਤੁਸੀਂ ਇਹਨਾਂ ਨੇੜਲੇ ਆਫਿਸ ਦੇ ਵਿੱਚ ਕਿਤੇ ਵੀ ਪਹੁੰਚ ਸਕਦੇ ਹੋ ਸਕਰੀਨ ਦੇ ਉੱਤੇ ਜਿਹੜਾ ਐਡਰੈਸ ਹੈ ਉਹ ਵੀ ਅਸੀਂ ਡਿਸਪਲੇ ਕਰ ਰਹੇ ਹਾਂ ਉਸ ਦੇ ਉੱਤੇ ਤੁਸੀਂ ਨੰਬਰ ਵੀ ਹੈ ਉਸ ਦੇ ਉੱਤੇ ਕਾਲ ਵੀ ਕਰ ਸਕਦੇ ਹੋ ਭਾਜੀ ਨੂੰ ਮਿਲਣਾ ਚਾਹੁੰਦੇ ਹੋ ਤਾਂ ਅਪਾਇੰਟਮੈਂਟ ਲੈ ਕੇ ਕਿਸ ਦਿਨ ਕਿਸ ਆਫਿਸ ਦੇ ਵਿੱਚ ਮਿਲਣਗੇ ਤਾਂ ਤੁਸੀਂ ਇਹਨਾਂ ਨੂੰ ਵੀ ਮਿਲ ਸਕਦੇ ਹੋ ਪੂਰੀ ਜਾਣਕਾਰੀ ਜਿਹੜੀ ਲੈ ਸਕਦੇ ਹੋ ਸਰ ਮੇਰਾ ਅਗਲਾ ਸਵਾਲ ਸਪਾਊਸਨ ਤੇ ਹੈ ਜਿਸ ਤਰ੍ਹਾਂ ਦੇ ਨਾਲ ਕੈਨੇਡਾ ਦੇ ਵਿੱਚ ਜੇ ਕੋਈ ਜਾਣਾ ਚਾਹੁੰਦਾ ਔਰ ਆਪਣੇ ਸਪਾਊਸ ਦੇ ਨਾਲ ਜਾਣਾ ਚਾਹੁੰਦਾ ਪਹਿਲਾਂ ਕਾਲਰ ਵੀ ਸੀਗੇ ਸਾਡੇ ਨਾਲ ਚਾਹੇ ਦੋ ਸਵਾਲ ਨੇ ਇੱਕ ਤਾਂ ਪਲੱਸ 2 ਵਾਲਾ ਜਿਹੜਾ ਸਟੂਡੈਂਟ ਹੈ ਉਹਦੇ ਲਈ ਕੀ ਆਪਸ਼ਨ ਹੈ ਇੱਕ ਜਿਹੜਾ ਆਫਟਰ ਗ੍ਰੈਜੂਏਟ ਜਾਣਾ ਚਾਹੁੰਦਾ ਉਹਦੇ ਲਈ ਕੀ ਆਪਸ਼ਨ ਹੈ ਠੀਕੋ ਸਪੋਸ ਵੀਜ਼ੇ ਦੇ ਜਿਹੜੀ ਚੇਂਜਸ ਆਓ 22 ਜਨਵਰੀ ਨੂੰ ਜੋ ਚੇਂਜਸ ਕੀਤੇ ਗਏ ਨੇ ਅਪਡੇਟਸਨ ਕੀਤੇ ਗਏ ਨੇ ਉਹਦੇ ਵਿੱਚ ਇਹ ਸਪੈਸ਼ਲ ਕਿਹਾ ਗਿਆ ਸੀ ਜਿਹੜਾ ਸਪੋਸ ਵੀਜ਼ਾ ਮਿਲੇਗਾ ਉਹ ਗ੍ਰੈਜੂਏਸ਼ਨ ਤੋਂ ਬਾਅਦ ਅਗਰ ਤੁਸੀਂ ਮਾਸਟਰ ਡਿਗਰੀ ਲਓ ਕਿਉਂਕਿ ਗ੍ਰੈਜੂਏਸ਼ਨ ਤੋਂ ਬਾਅਦ ਆਪਾਂ ਪੋਸਟ ਗ੍ਰੈਜੂਏਟ ਡਿਪਲੋਮਾ ਵੀ ਲੈ ਸਕਦੇ ਹਾਂ ਉਹਦੇ ਵਿੱਚ ਇਹ ਰਾਈਟ ਨਹੀਂ ਹੈਗੇ ਅਗਰ ਤੁਸੀਂ ਮਾਸਟਰ ਡਿਗਰੀ ਲਓਗੇ ਮਾਸਟਰ ਡਿਗਰੀ ਤੁਹਾਡੀ 1 ਸਾਲ ਦੀ ਵੀ ਹੋ ਸਕਦੀ ਹੈ 2 ਸਾਲ ਦੀ ਵੀ ਹੋ ਸਕਦੀ ਹੈ ਮਾਸਟਰ ਡਿਗਰੀ ਦੇ ਵਿੱਚ ਵੀ ਕੁਝ ਕੁ ਪੋਜ਼ਿਟਿਵ ਪੁਆਇੰਟ ਹੈਗੇ ਨੇ ਤੁਸੀਂ ਅਗਰ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਕਰਦੇ ਹੋ ਚਾ ਕੈਨੇਡਾ ਨੇ ਚੇਂਜਸ ਕੀਤੀ ਹੈਗੀ ਤੇ ਹੁਣ ਆਪਾਂ ਆਨੇਗਾ ਜਿਹੜਾ ਸਪਸ ਬੀਜਾਗਾ ਸਪਸ ਬੀਜਾ ਅਗਰ ਤੁਸੀਂ ਮਾਸਟਰ ਡਿਗਰੀ ਕਰੋਗੇ ਤਾਂ ਦੀ ਤੁਹਾਨੂੰ ਸਪਸ ਬੀਜੇ ਲਈ ਤੁਸੀਂ ਐਲੀਜੀਬਲ ਹੋ ਅਗਰ ਤੁਸੀਂ ਮਾਸਟਰ ਡਿਗਰੀ ਨਹੀਂ ਕਰ ਰਹੇ ਤਾਂ ਤੁਸੀਂ ਸਪਸ ਨੂੰ ਐਜ਼ ਅ ਸਪਸ ਬੀਜਾ ਨਹੀਂ ਲੈ ਜਾ ਸਕਦੇ ਇਹ ਨਹੀਂ ਹੈਗਾ ਤੁਹਾਡਾ ਸਪਸ ਨਹੀਂ ਜਾਏਗਾ ਜੇ ਅਗਰ ਹਸਬੰਡ ਵਾਈਫ ਨੇ ਉਹ ਦੋਨਾਂ ਦੇ ਵਿੱਚੋਂ ਅਗਰ ਇੱਕ ਕੈਨੇਡਾ ਚਲਾ ਜਾਂਦਾ ਹੈਗਾ ਤਾਂ ਉਹਦੇ ਸਪਸ ਨੂੰ ਮਤਲਬ ਵੀਜ਼ਾ ਮਿਲ ਜੇਗਾ ਸਪਸ ਵੀਜ਼ਾ ਦੇ ਬਜਾਇਆ ਅਗਰ ਉਹ ਟੂਰਿਸਟ ਵੀਜ਼ਾ ਲਗਾਏਗਾ ਇਸ ਤਰ੍ਹਾਂ ਦਾ ਵੀਜ਼ਾ ਮਿਲ ਸਕਦਾ ਹੈਗਾ ਪਰ ਅਗਰ ਤੁਸੀਂ ਸਪਸ ਵੀਜ਼ਾ ਜਿਹਨੂੰ ਆਪਾਂ ਓਪਨ ਵਰਕ ਪਰਮਿਟ ਕਹਿੰਦੇ ਆਗੇ ਅਗਰ ਤੁਸੀਂ ਇਹਦੇ ਥਰੂ ਜਾਣਾ ਤਾਂ ਤੁਸੀਂ ਜਿਹੜਾ ਮੇਨ ਕੈਂਡੀਡੇਟ ਆ ਜੋ ਸਟੱਡੀ ਕਰਨ ਜਾ ਰਿਹਾ ਉਹਨੂੰ ਮਾਸਟਰ ਡਿਗਰੀ ਕਰਨੀ ਜ਼ਰੂਰੀ ਰਹੇਗੀ ਤੇ ਸੈਕੰਡ ਜਿਹੜਾ ਆਪਾਂ ਨੇ ਕਿਹਾ ਵੀ ਹਾਂਜੀ ਜਿਹੜੇ ਸਪਸ ਵੀਜ਼ਾ ਦੇ ਵਿੱਚ ਚੇਂਜਸ ਕੀ ਕੀਤੇ ਗਏ ਨੇ ਪਲੱਸ 2 ਵਾਲਾ ਬੱਚਾ ਦਾ ਪਹਿਲਾਂ ਹੀ ਤੁਹਾਨੂੰ ਮਤਲਬ ਪਤਾ ਲੱਗ ਗਿਆ ਵੀ ਪਲੱਸ 2 ਵਾਲੇ ਬੱਚੇ ਨਾਲ ਜਿਹੜਾ 12th ਪਾਸ ਆਊਟ ਆ ਉਹਦੇ ਨਾਲ ਸਪਸ ਨਹੀਂ ਜਾਏਗਾ ਗ੍ਰੈਜੂਏਸ਼ਨ ਵਾਲੇ ਵਾਲ ਵੀ ਨਾਲ ਵੀ ਨਹੀਂ ਜਾਏਗਾ ਅਗਰ ਉਹ ਪੋਸਟ ਗ੍ਰੈਜੂਏਟ ਡਿਪਲੋਮਾ ਲੈ ਰਿਹਾ ਅਗਰ ਉਹ ਮਾਸਟਰ ਡਿਗਰੀ ਲੈ ਰਿਹਾ ਤਾਂ एलिजिਬਲ ਆਗਾ ਤੇ ਸੈਕੰਡ ਹੈ ਜਿਹੜੇ ਕਦੋਂ ਤੋਂ ਜਿਹੜੇ ਰੂਲ ਨੇ ਚੇਂਜ ਹੋ ਰਹੇ ਨੇ ਕਿਉਂਕਿ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਵੀ ਅਸੀਂ ਚੇਂजेस ਕਰ ਰਹੇ ਹਾਂ ਬਹੁਤ ਜਲਦ ਕਰ ਰਹੇ ਹਾਂ ਇਹਦੇ ਵਿੱਚ ਕੋਈ ਉਹਨਾਂ ਵੱਲੋਂ ਪਾਰਟਿਕੂਲਰ ਡੇਟ ਅਨਾਉਂਸ ਨਹੀਂ ਕੀਤੀ ਗਈ ਹੈਗੀ ਕਿਸੇ ਟਾਈਮ ਵੀ ਇਹ ਚੇਂजेस ਹੋ ਸਕਦੀਆਂ ਨੇ ਹੋ ਸਕਦਾ ਕੱਲ ਨੂੰ ਵੀ ਹੋ ਸਕਦੇ ਨੇ ਹੋ ਸਕਦਾ 6 ਮਹੀਨੇ ਲੱਗ ਜਾਣ ਜਾਂ ਸਾਲ ਲੱਗ ਜਾਏ ਕਿਉਂਕਿ ਇਹਦੇ ਵਿੱਚ ਕਾਫੀ ਬੱਚਿਆਂ ਨੂੰ ਕਨਫਿਊਜ਼ਨ ਆ ਵੀ 1 ਸਤੰਬਰ ਤੋਂ ਬਾਅਦ ਇਹ ਸਾਰੀ ਚੇਂ ਇੱਕੋ ਚੇਂਜਸ ਵਾਸਤੇ ਮਤਲਬ ਵੈਲਿਡ ਆ ਜਿਹੜੇ ਪ੍ਰਾਈਵੇਟ ਪਬਲਿਕ ਕਾਲਜ ਨੇ ਪਾਰਟਨਰਸ਼ਿਪ ਵਾਲੇ ਕਾਲਜ ਨੇ ਸਿਰਫ ਉਹਨਾਂ ਵਾਸਤੇ 1 ਸਤੰਬਰ ਤੋਂ ਬਾਅਦ ਉਹਨਾਂ ਦਾ ਜਿਹੜਾ ਜੋ ਕਿਹਾ ਗਿਆ ਉਹਨਾਂ ਵੱਲੋਂ ਵੀ ਵਰਕ ਪਰਮਿਟ ਦੇ ਰਾਈਟ ਨੇ ਉੱਥੇ ਨਹੀਂ ਮਿਲਣਗੇ ਸਿਰਫ ਉਹਦੇ ਉੱਪਰ ਲਾਗੂ ਹੁੰਦੀ ਹੈ ਬਾਕੀ ਜਿਹੜਾ ਆਪਾਂ ਟੈਸਟਿਸਨ ਲੈਟਰ ਸੀਗਾ ਉਹ ਸਟਾਰਟ ਵੀ ਹੋ ਗਿਆ ਤੇ ਜਿਹੜਾ ਸਪਸ ਵੀਜ਼ਾਗਾ ਜਦੋਂ ਤੱਕ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਇੰਟੀਮੀਸ਼ਨ ਨਹੀਂ ਆਉਂਦੀ ਹੈ ਕਿ ਕੋਈ ਅਪਡੇਸ਼ਨ ਨਹੀਂ ਆਉਂਦੀ ਉਸ ਤੋਂ ਪਹਿਲਾਂ ਪਹਿਲਾਂ ਅਗਰ ਤੁਸੀਂ ਵੀਜ਼ਾ ਲਗਾਓਗੇ ਤੁਹਾਨੂੰ ਡੈਫੀਨਿਟਲੀ ਵੀਜ਼ਾ ਮਿਲੇਗਾ ਮੇਰੇਗਾ ਹੂੰ ਹਾਂ ਬਿਲਕੁਲ ਜਿਹੜੇ ਸਪਾਉਸ ਤੇ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਹਾਲ ਦੀ ਘੜੀ ਆਪਸ਼ਨ ਹੈਗੀਆਂ ਨੇ ਕਿ ਇਸ ਟਾਈਮ ਚੇਂਜਿੰਗ ਆ ਸਕਦੀ ਏ ਜਾਂ ਅਨਾਉਂਸਮੈਂਟ ਹੋ ਸਕਦੀਆਂ ਨੇ ਇਸ ਬਾਰੇ ਹਜੇ ਕੋਈ ਪਤਾ ਨਹੀਂ ਪਰ ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ ਸਪਾਉਸ ਦੇ ਨਾਲ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਐਲੀਜੀਬਿਲਟੀ ਚੈੱਕ ਕਰ ਸਕਦੇ ਹੋ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਅਸੀਂ ਇੱਕ ਕਾਲ ਲੈ ਲੈਂਦੇ ਆ ਫਿਰ ਅਗਲੇ ਸਵਾਲ ਬਣਾਉਨੇ ਆ ਕਾਲ ਲਗਾਤਾਰ ਸਾਨੂੰ ਆ ਰਹੀਆਂ ਨੇ ਪਰ ਅਸੀਂ ਵਿੱਚ ਵਿੱਚ ਜਿਹੜੀ ਗੱਲ ਹੈ ਉਹ ਵੀ ਬਹੁਤ ਜ਼ਰੂਰੀ ਹੈ ਤੁਹਾਨੂੰ ਕਿਸ ਤਰ੍ਹਾਂ ਹਾਂ ਜੀ ਹੈਲੋ ਸਤਿ ਸ੍ਰੀ ਅਕਾਲ ਜੀ ਸਸ਼ੀ ਕਾਲ ਹੈ ਸਰ ਮੈਂ ਅਮਨ ਗੱਲ ਕਰ ਰਹੀ ਹਾਂ ਹਾਂ ਜੀ ਅਮਨ ਜੀ ਕਿੱਥੋਂ ਬੋਲ ਰਹੇ ਹੋ ਸਰ ਮੈਂ ਕੁਕਤੋ ਗੱਲ ਕਰ ਰਹੀ ਹਾਂ ਹਾਂ ਜੀ ਦੱਸੋ ਜੀ ਤੁਹਾਡੀ ਪ੍ਰੋਫਾਈਲ ਦੱਸੋ ਤੇ ਸਵਾਲ ਦੱਸੋ ਅ ਸਰ ਮੈਂ ਨਾ ਪਲੱਸ 2 ਪਾਸ ਆਊਟ ਹਾਂ 2023 ਦੇ ਵਿੱਚ ਜੀ 80% ਮੇਰੇ ਮਾਰਕਸ ਆਹੀ ਕਿਹੜੇ ਫੀਲਡ ਦੇ ਵਿੱਚ ਹੈ ਤੁਹਾਡੇ ਅ ਆਮਰਸ ਦੇ ਵਿੱਚ ਹੈ ਸਰ ਜੀ ਕੀ ਸਵਾਲ ਹੈ ਜੀ ਤੁਹਾਡਾ ਸਰ ਮੈਂ ਨਾ ਆਸਟ੍ਰੇਲੀਆ ਦਾ ਪਤਾ ਕਰਨਾ ਵੀ ਆਸਟ੍ਰੇਲੀਆ ਦਾ ਮੇਰਾ ਬਣ ਸਕਦਾ ਜੀ ਨਹੀਂ ਕੋਈ ਸਟੱਡੀ ਠੀਕ ਹੈ ਤੁਹਾਡੇ ਬੈਂਡ ਕਿੰਨੇ ਕਿਹਾ ਤੁਸੀਂ ਨੇ ਅਲਸੋ ਵਿਦੋ ਤੁਹਾਡਾ ਓਵਰਆਲ 6.5 ਹੈ ਨਾਟ ਲੈਸ ਥੈਨ 6 ਹੈ ਬਿਲਕੁਲ ਤੁਹਾਡਾ ਬਣ ਸਕਦਾ ਜੀ ਤੁਸੀਂ ਰੀਸੈਂਟ ਪਾਸ ਆਊਟ ਹੋ ਤੁਹਾਡੇ ਕਮਰਸ ਕੀਤੇ ਆ ਪਰਸੈਂਟੇਜ ਬਹੁਤ ਅੱਛੀ ਆ ਬੈਂਡ ਬਹੁਤ ਅੱਛੇ ਨੇ ਤੁਹਾਡੇ ਕੋਲ ਸਿਰਫ ਥੋੜਾ ਜਿਹਾ ਇੱਕ ਮਤਲਬ ਫੰਡਿੰਗ ਬਾਰੇ ਦੱਸ ਸਕਦਾ ਤੁਹਾਡੇ ਕੋਲ ਕਿ ਜਿਹੜਾ 3 ਕੁ ਮਹੀਨੇ ਪੁਰਾਣੇ ਅਗਰ ਫੰਡ ਪਏ ਨੇ ਤਾਂ ਤੁਸੀਂ ਜਿਹੜਾ ਜਿਹੜੇ ਫੰਡਸ ਐ ਨਾ 3 ਮਹੀਨੇ ਪੁਰਾਣੇ ਐ ਐਕਚੁਅਲੀ ਮੇਰੇ ਫਾਦਰ ਦੇ ਅਕਾਊਂਟ 'ਚ ਐ ਮਤਲਬ 18 ਲੱਗਦੇ ਤੀਜੇ ਬਿਲਕੁਲ ਤੁਹਾਡੇ ਕੋਲ ਸੇਫ ਹੋ ਤੁਸੀਂ ਕਹੋ ਕਿ ਤੁਹਾਡੇ ਮੰਮੀ ਜਾਂ ਡੈਡੀ ਕੋਈ ਵੀ ਪੇਰੈਂਟਸ ਨੇ ਜਿਹੜਾ ਤੁਹਾਡੇ ਦਿਖਾ ਸਕਦੇ ਨੇ ਤਾਂ ਤੁਸੀਂ ਜਲਾਈ ਇਨਟੇਕ ਲਈ ਅਪਲਾਈ ਕਰ ਸਕਦੇ ਹੋ ਤੁਹਾਡੀ ਕੋਈ ਆਪਸ਼ਨ ਤੁਹਾਨੂੰ ਕੀ ਚਾਹੀਦੀ ਹੋਏਗੀ ਤਾਂ ਤੁਸੀਂ ਜਿਹੜਾ ਹੈਗਾ ਸੋ ਤੋਂ ਬਾਅਦ ਆਪਣੇ ਡਾਕੂਮੈਂਟਸ ਸੈਂਡ ਕਰਦੇ ਤੁਹਾਨੂੰ ਆਪਸ਼ਨ ਪ੍ਰੋਵਾਈਡ ਕਰਵਾ ਦੇਵਾਂਗੇ ਯੂਨੀਵਰਸਿਟੀ ਜਿਹੜੀ ਚਾਹੀਦੀ ਹੋਏਗੀ ਕੋਈ ਪਾਰਟਿਕੂਲਰ ਏਰੀਆ ਹੋਏਗਾ ਤੁਹਾਨੂੰ ਤਾਂ ਤੁਸੀਂ ਉਹ ਸਾਨੂੰ ਜਿਹੜਾ ਕਿ ਦੱਸ ਸਕਦੇ ਹੋ ਜੀ ਥੈਂਕ ਯੂ ਸਰ ਥੈਂਕ ਯੂ ਵ ਤੁਹਾਡੇ ਲਈ ਸ਼ੋਅ ਲੈ ਕੇ ਆਉਨੇ ਆਸੀ ਤੁਹਾਨੂੰ ਗਾਈਡ ਕਰਨ ਦੇ ਲਈ ਐਜ਼ ਅ ਐਕਸਪਰਟ ਨੂੰ ਹਰ ਵਾਰੀ ਅਸੀਂ ਇਸ ਸ਼ੋਅ ਦੇ ਵਿੱਚ ਲੈ ਕੇ ਆਉਨੇ ਆਂ ਵੀ ਕਿਸ ਤਰ੍ਹਾਂ ਦੇ ਨਾਲ ਕੀ ਨਵੇਂ ਰੂਲ ਨੇ ਕਿਵੇਂ ਤੁਸੀਂ ਵਿਦੇਸ਼ ਜਾ ਸਕਦੇ ਹੋ ਤਾਂ ਜੋ ਤੁਸੀਂ ਸਹੀ ਤਰੀਕਾ ਅਪਣਾ ਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਜਿਹੜਾ ਪੂਰਾ ਕਰੋ ਔਰ ਨਾਲ ਦੀ ਨਾਲ ਤੁਹਾਡਾ ਕੋਈ ਵੀ ਸਵਾਲ ਹੈ ਸਕਰੀਨ ਦੇ ਉੱਤੇ ਨੰਬਰ ਸ਼ੋਅ ਤੋਂ ਬਾਅਦ ਵੀ ਤੁਸੀਂ ਕਾਲ ਕਰ ਸਕਦੇ ਹੋ ਸ਼ੋਅ ਦੌਰਾਨ ਵੀ ਜੇ ਨਹੀਂ ਕਾਲ ਵੀ ਲਈ ਜਾ ਰਹੀ ਤਾਂ ਸ਼ੋਅ ਤੋਂ ਬਾਅਦ ਵੀ ਤੁਸੀਂ ਕਾਲ ਕਰੋ ਤੇ ਭਾਜੀ ਹੁਣ ਆਪਾਂ ਜਿਵੇਂ ਕੈਨੇਡਾ ਦੀ ਗੱਲ ਕਰ ਰਹੇ ਸੀ ਕੈਨੇਡਾ ਦੇ ਵਿੱਚ ਸਟੂਡੈਂਟ ਨੂੰ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖਦੇ ਹੋ ਵੀ ਪਰ ਜਿਹੜੀ ਜਿਵੇਂ ਟੈਸਟੇਸ਼ਨ ਲੈਟਰ ਦੀ ਖਾਸ ਤੌਰ ਤੇ ਗੱਲ ਹੈ ਵੀ ਹੁਣ 31 ਮਾਰਚ ਤੱਕ ਰੁਕਣਾ ਚਾਹੀਦਾ ਹਜੇ ਤਕਰੀਬਨ ਆਪਾਂ ਜੇ 20 ਦਿਨ ਦਾ ਟਾਈਮ ਹੈਗਾ ਜਿਵੇਂ ਆਪਾਂ ਅੱਜ ਸ਼ੂਟ ਕਰ ਰਹੇ ਹਾਂ ਤਾਂ ਇਸ ਤੋਂ ਬਾਅਦ 20 ਦਿਨ ਹਜੇ ਪਏ ਆ 1 ਮਾਰਚ ਦੇ ਇਹਨਾਂ ਦਿਨਾਂ ਦੇ ਵਿੱਚ ਅਪਲਾਈ ਕਰ ਸਕਦੇ ਔਰ ਕਿਹੜਾ ਇਨਟੇਕ ਨੇੜਲਾ ਹੈਗਾ ਜਿੱਥੇ ਜਿਸ ਦੇ ਲਈ ਅਪਲਾਈ ਕਰ ਸਕਦੇ ਨੇ ਦੇਖੋ ਅਗਰ ਟੈਸਟੇਸ਼ਨ ਲੈਟਰ ਦੀ ਗੱਲ ਕਰਦੇ ਬਿਲਕੁਲ ਤੁਹਾਡੀ ਸਹੀ ਗੱਲ ਹੈ ਵੀ ਬੱਚੇ ਨੂੰ ਅਪਲਾਈ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਅਗਰ ਬੱਚਾ ਸਾਡੇ ਤੋਂ ਪਹਿਲਾਂ ਪੁੱਛਦਾ ਵੀ ਹੁਣ ਜਿਵੇਂ ਆਪਾਂ ਕਹਿ ਰਹੇ ਹਾਂਗੇ 4 ਤਰੀਕ ਜਿਹੜੇ 4 ਮਾਰਚ ਨੂੰ ਕੰਪੀਟੀਸ਼ਨ ਆਇਆ ਉਹਦੇ ਬਾਰੇ ਗੱਲ ਕਰ ਰਹੇ ਆਂਗੇ ਉਸ ਤੋਂ ਪਹਿਲਾਂ ਕੁਝ ਨਹੀਂ ਪਤਾ ਸੀਗਾ ਵੀ ਕਿੰਨਾ ਟਾਈਮ ਲੱਗੇਗਾ ਟੈਸਟੇਸ਼ਨ ਲੈਟਰ ਸਿਰਫ ਕਯੂਬਿਕ ਨੇ ਦੇਣਾ ਸਟਾਰਟ ਕਰਿਆ ਸੀ ਉਹਨਾਂ ਦਾ ਵੀ ਜਿਹੜਾ ਹੈਗਾ ਸੀਏਕਯੂ ਦੇ ਥਰੂ ਆ ਰਿਹਾ ਸੀ ਉਹਨੂੰ ਮਤਲਬ ਅਗਰ ਆਪਾਂ ਦੇਖਦੇ ਆਂਗੇ ਟਾਈਮ ਬਹੁਤ ਲੱਗ ਰਿਹਾ ਸੀ 1 ਮੰਥ ਦੇ ਕਰੀਬ ਜਿਹੜਾ ਹੈਗਾ ਸੀਏਕਯੂ ਆਉਣ ਨੂੰ ਟਾਈਮ ਲੱਗ ਰਿਹਾ ਸੀ ਤਾਂ ਉੱਥੇ ਫਿਰ ਕਿਤੇ ਨਾ ਕਿਤੇ ਰਹਿੰਦਾ ਜੀ ਇੱਕ ਮੰਥ ਬੱਚਾ ਜਿਹੜਾ ਹੈਗਾ ਉਹ ਵੇਟ ਕਰਨੀ ਪੈਗੀ ਉਸ ਤੋਂ ਬਾਅਦ ਫਾਈਲ ਲੱਗੇਗੀ ਹੋ ਸਕਦਾ ਬੱਚੇ ਜਿਹੜਾ ਇਨਟੇਕ ਚੱਲ ਰਿਹਾ ਮਈ ਇਨਟੇਕ ਲੰ 4 ਮਾਰਚ ਨੂੰ ਜਿਹੜੇ ਅਟੈਸਟੇਸ਼ਨ ਲੈਟਰ ਅਪਲਾਈ ਹੋਏ ਸੀ 5 ਜਾਂ 6 ਮਾਰਚ ਨੂੰ ਬੱਚਿਆਂ ਨੂੰ ਅਟੈਸਟੇਸ਼ਨ ਲੈਟਰ ਮਿਲਣੇ ਸਟਾਰਟ ਹੋ ਗਏ ਸੀਗੇ ਤਾਂ ਅਗਰ ਆਪਾਂ ਹੁਣ ਵੀ ਗੱਲ ਕਰਨੇ ਬੀਸੀ ਦੇ ਵਿੱਚ ਸੀਟਸ ਪਈਆਂ ਨੇ ਮਈ ਇਨਟੇਕ ਦੀਆਂ ਸਾਡੇ ਕੋਲ ਵੀ ਸੀਟਸ ਹੈਗੇ ਨੇ ਕਾਫੀ ਕਾਲਜਸ ਦੇ ਵਿੱਚ ਤਾਂ ਤੁਸੀਂ ਉਹ ਕਾਲਜਸ ਦੇ ਵਿੱਚ ਐਡਮਿਸ਼ਨ ਲਓਗੇ ਤੁਹਾਡਾ ਜੇਕਰ ਤੁਸੀਂ ਫੀਸ ਭਰ ਦਿੰਦੇ ਹੋ ਤੁਹਾਨੂੰ ਜਿਹੜਾ ਕਿਉਂਕਿ ਇੱਕ ਚੀਜ਼ ਹੋਰ ਆ ਬੱਚੇ ਵੱਲੋਂ ਟੈਸਟੇਸ਼ਨ ਜਾਂ ਏਜੰਟ ਵੱਲੋਂ ਟੈਸਟੇਸ਼ਨ ਲੈਟਰ ਅਪਲਾਈ ਨਹੀਂ ਹੋਏਗਾ ਬੀਸੀ ਦਾ ਉਹ ਕਾਲਜ ਖੁਦ ਅਪਲਾਈ ਕਰਦਾਗਾ ਤੇ ਨਾਰਮਲ ਬੱਚੇ ਨੂੰ 2 ਜਾਂ 3 ਦਿਨਾਂ ਦੇ ਵਿੱਚ ਅਗਰ ਆਪਾਂ ਅੱਜ ਦੀ ਗੱਲ ਕਰ ਰਹੇ ਹਾਂ ਕਿ ਨਾਰਮਲ ਬੱਚੇ ਨੂੰ ਮਿਲ ਵੀ ਰਿਹਾਗਾ ਤਾਂ ਬੱਚਾ ਮਈ ਇਨਟੇਕ ਵਾਸਤੇ ਜਿਹੜਾਗਾ ਅਪਲਾਈ ਕਰ ਸਕਦਾਗਾ ਟੈਸਟੇਸ਼ਨ ਲੈਟਰ ਤੋਂ ਤੁਹਾਨੂੰ ਕੋ ਭਰਾਂ ਦੀ ਜਰੂਰਤ ਨਹੀਂ ਅਗੇ ਅਗਰ ਬੀਸੀ ਨੇ ਸਟਾਰਟ ਕਰਦਾ ਅਲਵਾਟਾ ਵੱਲੋਂ ਵੀ ਔਰ ਜਿਹੜੇ ਨੇ ਮੇਲ ਜਾ ਰਹੇ ਨੇ ਬਹੁਤ ਜਲਦੀ ਉਹ ਵੀ ਸਟਾਰਟ ਕਰ ਰਹੇ ਆ ਹੋਪਸ ਉਹ ਜਿਹੜੇ ਬਾਕੀ ਸਟੇਟ ਵੀ ਰਹਿ ਗਏ ਬਹੁਤ ਜਲਦੀ ਸਟਾਰਟ ਕਰ ਦੇਣਗੇ ਹੂੰ ਹਾਂ ਬਿਲਕੁਲ ਹਜੇ ਤੁਸੀਂ ਮਈ ਇਨਟੇਕ ਦੇ ਲਈ ਸਤੰਬਰ ਇਨਟੇਕ ਦੇ ਲਈ ਅਪਲਾਈ ਕਰ ਸਕਦੇ ਹੋ ਤੁਹਾਡੇ ਕੋਲ ਸਮਾਂ ਹੈਗਾ ਪਰ ਉਸ ਤੋਂ ਬਾਅਦ ਰਸ਼ ਵੀ ਪੈ ਸਕਦਾ ਹੈ ਕਿਉਂਕਿ ਬਹੁਤ ਸਾਰੇ ਸਟੂਡੈਂਟ ਇਸੇ ਤਰੀਕੇ ਦੀ ਵੇਟ ਕਰ ਰਹੇ ਨੇ ਨਾਲੇ ਨਵੇਂ ਸਟੂਡੈਂਟ ਨੇ ਜਿਨ੍ਹਾਂ ਦੇ ਪਲੱਸ 2 ਦੇ ਐਗਜ਼ਾਮ ਚੱਲ ਰਹੇ ਆ ਉਹ ਵੀ ਆ ਸਕਦੇ ਆ ਲਾਈਨ ਦੇ ਵਿੱਚ ਤਾਂ ਹੋ ਸਕਦਾ ਤੁਹਾਨੂੰ ਜਨਵਰੀ 2024 ਦੇ ਲਈ ਅਪਲਾਈ ਕਰਨਾ ਪਏ ਜੇ ਤੁਸੀਂ ਥੋੜੇ ਦਿਨਾਂ ਚ ਅਪਲਾਈ ਨਹੀਂ ਕਰਦੇ ਇਸ ਕਰਕੇ ਜਲਦੀ ਤੁਸੀਂ ਕਿਸੇ ਵੀ ਨੇੜਲੇ ਆਫਿਸ ਦੇ ਵਿੱਚ ਪਹੁੰਚ ਕੇ ਅਪਲਾਈ ਕਰ ਸਕਦੇ ਹੋ ਸਰ ਜਿਵੇਂ ਹੁਣ ਆਪਾਂ ਕੈਨੇਡਾ ਦੀ ਆਲ ਓਵਰ ਗੱਲ ਕਰਦੇ ਆ ਟੂਰਿਸਟ ਵੀਜ਼ਾ ਚਾਹੇ ਸਪਾਊਸ ਵੀਜ਼ ਸਕਸੈਸ ਰੇਟ ਕਿਸ ਤਰ੍ਹਾਂ ਦਾ ਨਾਲ ਹੈ ਜਿਵੇਂ ਆਪਾਂ ਜਨਵਰੀ ਇਨਟੇਕ ਦਾ ਦੇਖਿਆ ਵੀ ਤਕਰੀਬਨ 100% ਸਕਸੈਸ ਰੇਟ ਰਿਹਾ ਹੈ ਤੇ ਹੁਣ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਦਾ ਨਾਲ ਆ ਰਿਹਾ ਹੈ ਅਗਰ ਆਪਾਂ ਪਹਿਲੇ ਤੋਂ ਸਭ ਤੋਂ ਪਹਿਲਾਂ ਸਟੱਡੀ ਵੀਜ਼ਾ ਦੇ ਬਾਰੇ ਗੱਲ ਕਰਦੇ ਆਂਗਾ ਸਟੱਡੀ ਵੀਜ਼ਾ ਜਿਹੜਾ ਹੈਗਾ ਜਿਵੇਂ ਤੁਸੀਂ ਜਨਵਰੀ ਇਨਟੇਕ ਦਾ 100% ਕਿਹਾ ਸੀ ਅਗਰ ਤੁਸੀਂ ਮਈ ਇਨਟੇਕ ਦਾ ਕਹੋਗੇ ਤਾਂ ਜਨਵਰੀ ਤੋਂ ਵੀ ਜ਼ਿਆਦਾ ਵੀਜ਼ਾ ਆ ਰਿਹਾਗਾ ਕਿਉਂਕਿ ਨਾਰਮਲ ਅਗਰ ਆਪਾਂ ਦੇਖਦੇ ਆਂਗਾ ਜਨਵਰੀ ਦੇ ਵਿੱਚ ਜਿਹੜੇ ਫਾਈਲ ਜੜ ਗਏ ਸਾਰੇ ਸਾਰੇ ਜਿਹੜੇ E6 ਵਾਲੇ ਸੀਗਾ ਮੈਕਸਿਮਮ ਕਿਉਂਕਿ ਉਸ ਤੋਂ ਬਾਅਦ ਉਹਨ ਜਿਹਦੇ ਵਿੱਚ ਉਹ ਵਾਲੇ ਜਿਹੜੇ ਬੱਚੇ ਸੀਗੇ ਉਹ ਜ਼ਿਆਤਰ ਮਈਨ ਟੇਕਦੇ ਸੀਗੇ ਵੀ ਆਪਾਂ ਓਵਰਆਲ 6 ਦੇ ਉੱਪਰ ਐਸਡੀਐਸ ਕੈਟਾਗਰੀ ਦੇ ਵਿੱਚ ਫਾਈਲ ਲਗਾ ਸਕਦੇ ਹਾਂ ਐਸਡੀਐਸ ਕੈਟਾਗਰੀ ਦੇ ਵਿੱਚ ਜ਼ਿਆਤਰ ਜਿਹੜੇ ਫਾਈਲ ਸੀਗੀਆਂ E6 ਵਾਲੇ ਬੱਚੇ ਸੀ 2 ਚੋਂ 5.5 ਕਈ ਬੱਚੇ ਇਸ ਤਰ੍ਹਾਂ ਦੇ ਵੀ ਸੀਗੇ ਚਲੋ ਮੈਂ ਨਹੀਂ ਕਹਾਂਗਾ ਤੁਹਾਨੂੰ 100 ਚੋਂ 5 ਵਾਲੇ ਬੱਚੇ ਵੀ ਸੀਗੇ ਵੀ ਤੁਸੀਂ ਅਪਲਾਈ ਕਰੋ ਕਿਉਂਕਿ 100 ਚੋਂ 5 ਵਾਲਾਂ ਵਾਸਤੇ ਬੱਚਿਆਂ ਵਾਸਤੇ ਕਾਲਜ ਆਪਸ਼ਨ ਘਟਨੇ ਪਰ ਬੇਸਿਕ ਜਿene ਕਿਤੇ ਪੋਜ਼ਿਟਿਵ ਆ 1.5 ਦੇ ਵਿੱਚ 2 ਤੋਂ 5.5 ਦੇ ਵਿੱਚ ਜਾਓ ਓਵਰਆਲ 6 ਦੇ ਵਿੱਚ ਬੱਚੇ ਨੂੰ ਜਿਹੜਾ ਹੈਗਾ ਵੀਜ਼ਾ ਮਿਲ ਰਿਹਾ ਹੈਗਾ ਅਗਰ ਆਪਾਂ ਪੀਟੀ ਦੀ ਗੱਲ ਕਰਦੇ ਆਂ ਪੀਟੀ ਦੇ ਉੱਪਰ ਅਗਰ ਤੁਹਾਡੇ ਓਵਰਆਲ 60 ਸਕੋਰ ਹੈਗੇ ਨੇ ਤਾਂ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਹੀ ਮਿਲ ਰਿਹਾ ਹੈਗਾ ਅਗਰ ਮੈਂ ਸਾਡੀ ਗੱਲ ਕਰਦਾ 100% ਸਾਡਾ ਰਿਜ਼ਲਟ ਹੈਗਾ ਸੈਕੰਡ ਜਿਹੜਾ ਸਪੋਜ਼ ਵੀਜ਼ਾ ਹਜੇ ਤੱਕ ਬਿਲਕੁਲ ਅ ਮਤਲਬ ਸਮੂਥ ਚੱਲ ਰਿਹਾ ਚਾਹੇ ਤੁਸੀਂ ਇਕੱਠੀ ਫਾਈਲ ਲਗਾਓ ਇਕੱਠੀ ਫਾਈਲ ਦਾ ਵੀ ਪੋਜ਼ਿਟਿਵ ਰਿਜ਼ਲਟ ਜ਼ਿਆਦਾ ਆ ਰਿਹਾ ਕਿਉਂਕਿ ਉਹ ਐਮਬੈਸੀ ਵੱਲੋਂ ਪ੍ਰਮੋਟ ਕੀਤਾ ਗਿਆ ਸੀ ਅਗਰ ਤੁਸੀਂ ਸਪੋਸ ਦਾ ਦੋਨਾਂ ਦਾ ਇਕੱਠਾ ਫਾਈਲ ਲਗਾਉਂਗਾ ਜਲਦੀ ਵੀਜ਼ਾ ਆਏਗਾ ਅਗਰ ਬਾਅਦ ਚ ਵੀ ਜਿਹੜੀ ਲੱਗ ਰਿਹਾ ਨਾਰਮਲ 2-3 ਮਹੀਨਿਆਂ ਚ ਬੱਚਾ ਦਾ ਰਿਜ਼ਲਟ ਆ ਰਿਹਾ ਪਰ ਪੋਜ਼ਿਟਿਵ ਵੀ ਆ ਰਿਹਾ ਅਗਰ ਤੁਹਾਡੇ ਕੋਲੇ ਜਿਹੜੇ ਕੁਝ ਕੁ ਡਾਊਟਸ ਹੁੰਦੀਆਂ ਨੇ ਐਮਬੈਸੀ ਨੂੰ ਅਗਰ ਤੁਸੀਂ ਉਹ ਕਲੀਅਰ ਕਰ ਦਿੰਦੇ ਹੋਗੇ ਸੈਕੰਡ ਟੂਰਿਸਟ ਵੀਜ਼ੇ ਦੀ ਗੱਲ ਕਰਦੇ ਆ ਨਾਰਮਲ ਸਾਰੇ ਏਜੰਟ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਹੋ ਨਾਰਮਲ 18 ਸਾਲ ਦੇ ਜਿਹੜੇ ਬੱਚੇ ਨੇ 18 22 22 ਸਾਲ ਤੋਂ ਨੀਚੇ ਵਾਲੇ ਕੈਸਾ ਨੇ ਤੁਸੀਂ ਬੱਚੇ ਜਿਹੜਾ ਹੈਗੇ ਨੇ ਨਾਰਮਲ ਪੇਰੈਂਟਸ ਦੇ ਨਾਲ ਵੀ ਉਹਨਾਂ ਨੂੰ ਟੂਰਿਸਟ ਵੀਜ਼ਾ ਮਿਲ ਰਿਹਾ ਹੈਗਾ ਪੋਜ਼ਿਟਿਵ ਰਿਜ਼ਲਟ ਨੇ ਸਾਰਿਆਂ ਦੇ ਜੀ ਅ ਬਿਲਕੁਲ ਹੈ ਪੋਜ਼ਿਟਿਵ ਰਿਜ਼ਲਟ ਆ ਰਹੇ ਆ ਅਸੀਂ ਇੱਕ ਕਾਲ ਲੈ ਲੈਂਦੇ ਆ ਸਾਡੇ ਨਾਲ ਕਾਲਰ ਨੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੀ ਮੁਹੰਮਦ ਆਫੀਦਾ ਜੀ ਹਾਂਜੀ ਮੁਹੰਮਦ ਜੀ ਦੱਸੋ ਸਰ ਕੀ ਸਵਾਲ ਹੈ ਜੀ ਤੁਹਾਡੀ ਪ੍ਰੋਫਾਈਲ ਦੱਸੋ ਸੋਨਮ ਮੇਰੀ ਵਾਈਫ ਜਨਨਟੇਕ ਦਾ ਵੀਜ਼ਾ ਹੈ 2024 ਦਾ ਨਾਈਗਰਾ ਕਾਲਜ ਪ੍ਰਾਂਟੋਜੀ ਹੂੰ ਤੇ ਮੇਰਾ ਵੀਜ਼ਾ ਲੱਗ ਸਕਦਾ ਜੀ ਹੁਣ ਕਿਉਂਕਿ ਜਿਹੜੇ ਰੂਲ ਚੇਂਜ ਹੋਏ ਨੇ ਕੈਨੇਡਾ ਦੇ ਰੀਸੈਂਟਲੀ ਜੀ ਕੀ ਮੇਰਾ ਵੀਜ਼ਾ ਹੁਣ ਲੱਗ ਸਕਦਾ ਵੀ ਕਿਵੇਂ ਲੱਗੇਗਾ ਕੀ ਪ੍ਰੋਸੈਸ ਹੋਈਗਾ ਜੀ ਸਪਸ ਵੀਜ਼ਾ ਬਾਰੇ ਪੁੱਛ ਰਹੇ ਹੋ ਤੁਸੀਂ ਹਾਂਜੀ ਹਾਂਜੀ ਠੀਕ ਹੈ ਜੀ ਦੱਸ ਤੁਹਾਡੀ ਵਾਈਫ ਆਬ ਜੀ ਤੁਹਾਡੀ ਵਾਈਫ ਜਾ ਚੁੱਕੇ ਨੇ ਜਨਨਟੇਕ ਦੇ ਲਈ ਤੇ ਨਾਰਮਲ ਸਪੋਸ ਵੀਜ਼ਾ ਸਾਰਾ ਅਸੀਂ ਦੱਸ ਵੀ ਚੁੱਕੇ ਆਂਗੇ ਸਪੋਸ ਵੀਜ਼ੇ ਦੇ ਵਿੱਚ ਕੀ ਆ ਵੀ ਜਦੋਂ ਤੱਕ ਵੀ ਚੇਂਜੇਸ ਜਿਹੜੀ ਆ ਕਿ ਚੇਂਜੇਸ ਜ਼ਰੂਰ ਹੋ ਚੁੱਕੀ ਆ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਮਾਸਟਰ ਡਿਗਰੀ ਨੂੰ ਜਿਹੜਾ ਹੈਗਾ ਉਹਨੂੰ ਇਸ ਸਪੋਸ ਵੀਜ਼ਾ ਮਿਲੇਗਾ ਪਰ ਉਹ ਅਜੇ ਤੱਕ ਲਾਗੂ ਨਹੀਂ ਹੋਇਆ ਲਾਗੂ ਹੋਣ ਤੋਂ ਪਹਿਲਾਂ ਪਹਿਲਾਂ ਤਾਂ ਅਗਰ ਤੁਸੀਂ ਅਪਲਾਈ ਕਰ ਦੋਗੇ ਤੁਹਾਡਾ ਵੀਜ਼ਾ ਡੈਫੀਨੇਟ ਲਿਆਏਗਾ ਸਾਰੇ ਬੱਚੇ ਕਰ ਵੀ ਰਹੇ ਨੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੁਹਾਡੇ ਕੋਲ ਕੁਝ ਡਾਕੂਮੈਂਟੇਸ਼ਨ ਹੋਣਗੇ ਜਿਹੜੇ ਤੁਹਾਡੀ ਵਾਈਫ ਨੇ ਉਹਨਾਂ ਵੱਲੋਂ ਕਾਲਜ ਵੱਲੋਂ ਕੁਝ ਡਾਕੂਮੈਂਟੇਸ਼ਨ ਜਿਹੜੀ ਆ ਕਿ ਪੂਰੀ ਕਰ ਦਿੱਤੀ ਜਾਏ ਕਿ ਜ Thank you. Hmm. ਬਿਲਕੁਲ ਜਿਹੜੇ ਵੀ ਦਰਸ਼ਕ ਸਾਡਾ ਸ਼ੋਅ ਦੇਖ ਰਹੇ ਆ ਬਹੁਤ ਸਾਰੀਆਂ ਕਾਲ ਸਾਡੇ ਕੋ ਮਿਸ ਹੋਈਆਂ ਤੁਹਾਨੂੰ ਬੈਕ ਕਾਲ ਆ ਜਿਹੜੀ ਕੀਤੀ ਜਾਊਗੀ ਕੰਪੀਟੀਸ਼ਨ ਵੱਲੋਂ ਤੁਸੀਂ ਨੇੜਲੇ ਆਫਿਸ ਦੇ ਵਿੱਚ ਜਾ ਕੇ ਵਿਜ਼ਿਟ ਕਰੋ ਪ੍ਰੋਪਰ ਜਾਣਕਾਰੀ ਲਓ ਹਰ ਬੱਚੇ ਦੀ ਪ੍ਰੋਫਾਈਲ ਹੈ ਜਿਹੜੀ ਲੱਗ ਹੁੰਦੀ ਹੈ ਜਿਵੇਂ ਹੁਣੇ ਸਾਨੂੰ ਕਾਲ ਸੀਗੀ ਸਪੌਸ ਵਿਜ਼ਾ ਤੇ ਜਾਣਾ ਚਾਹੁੰਦੇ ਨੇ ਇਹਨਾਂ ਦੇ ਵਾਈਫ ਜਨਵਰੀ ਇਨਟੇਕ ਚ ਗਏ ਹੋਏ ਨੇ ਤਾਂ ਤੁਸੀਂ ਜਿਵੇਂ ਭਾਜੀ ਨੇ ਕਿਹਾ ਹੈ ਵੇ ਅਪਲਾਈ ਕਰ ਸਕਦੇ ਹੋ ਜਾ ਸਕਦੇ ਹੋ ਪਰ ਉਸ ਦੇ ਲਈ ਤੁਹਾਨੂੰ ਮਿਲਣਾ ਪਊਗਾ ਜਾਂ ਇਸੇ ਨੰਬਰ ਦੇ ਵਟਸਐਪ ਦੇ ਉੱਤੇ ਡਾਕੂਮੈਂਟ ਸੈਂਡ ਕਰੋ ਉਸ ਤੋਂ ਬਾਅਦ ਅਸੈਸਮੈਂਟ ਕਰਾਓ ਔਰ ਅਸੈਸਮੈਂਟ ਕਰ ਜਿਹੜੀ ਆ ਵਿਦੇਸ਼ ਜਾਣ ਦਾ ਆਪਣਾ ਸੁਪਨਾ ਸਹੀ ਤਰੀਕੇ ਦੇ ਨਾਲ ਪੂਰਾ ਕਰੋ ਤੁਹਾਨੂੰ ਦੱਸਦੀ ਆ ਇੱਕ ਵਾਰੀ ਫਿਰ ਤੋਂ ਕੰਪੀਟੀਸ਼ਨ ਦੇ ਜਿਹੜੇ ਆਫੀਸਿਸ ਨੇ ਨਾਬਾ ਦੇ ਵਿੱਚ ਹੈ ਨਾਲ ਦੇ ਨਾਲ ਰਾਜਪੁਰਾ ਮਲੇਰ ਕੋਟਲਾ ਜਲੰਧਰ ਔਰ ਰਾਏਕੋਟ ਦੇ ਵਿੱਚ ਕੰਪੀਟੀਸ਼ਨ ਆਪਣਾ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਆਫਿਸ ਨੇ ਉੱਥੇ ਪਹੁੰਚ ਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਹਰਵਿੰਦਰ ਸਿੰਘ ਜੀ ਨੇ ਜਿਹੜੇ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰਕੇ ਪਹਿਲਾਂ ਅਪੌਇੰਟਮੈਂਟ ਲਾਓ ਵੀ ਕਿਹੜੇ ਦਿਨ ਕਿਸ ਆਫਿਸ ਦੇ ਵਿੱਚ ਤੁਹਾਨੂੰ ਮਿਲਣਗੇ ਤਾਂ ਤੁਸੀਂ ਸਰ ਨੂੰ ਵੀ ਮਿਲ ਕੇ ਪੂਰੀ ਜਾਣਕਾਰੀ ਜਿਹੜੀ ਲੈ ਸਕਦੇ ਹੋ ਏ ਸਾਡੇ ਨਾਲ ਹੈ ਅਗਲੇ ਕਾਲਰ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਸਤਿ ਸ੍ਰੀ ਅਕਾਲ ਸਰ ਸਰ ਮੈਂ ਪ੍ਰੈਚ ਬੋਲ ਰਹੀ ਸੀ ਪਟਿਆਲੇ ਤੋਂ ਹਾਂਜੀ ਦੱਸੋ ਜੀ ਤੁਹਾਡੀ ਪ੍ਰੋਫਾਈਲ ਤੇ ਤੁਹਾਡਾ ਸਵਾਲ ਪ੍ਰੋਫਾਈਲ ਦਾ ਡਿਸਕਸ ਕਰਨਾ ਸੀ ਹਾਂਜੀ ਯੂਕੇ ਜਾਣਾ ਚਾਹੁੰਦੇ ਆ ਜੀ ਜੀ ਸਰ ਮੈਂ ਫੈਲੋਪਾਥ ਅਪਡੇਟ 2022 ਦੇ ਵਿੱਚ ਕੀਤੀ ਹੋਈ ਹੈ ਫੈਲੋ ਜੀ ਤੇ ਮੇਰੇ 80% ਐਂ ਜੀ ਤੇ ਸਰ ਮੇਰੇ ਓਵਰオール 58 ਹੈ ਪੀਟੀ ਦੇ ਵਿੱਚ ਔਰ ਨੋਟ ਲੈਸ 55 ਜੀ ਬਿਲਕੁਲ यूके ਦਾ ਕੋਈ ਤੁਹਾਡੇ ਕੋਲ ਸਪੈਸ਼ਲ ਕੋਈ ਏਰੀਆ ਜਾਂ ਕਾਲਜ ਦੀ ਪ੍ਰੇਫਰੈਂਸ ਤਾਂ ਨਹੀਂ ਹੈਗੀ ਯੂਨੀਵਰਸਿਟੀ ਦੀ ਸਰ ਨਹੀਂ ਨਹੀਂ ਅਵੇ ਕੋਈ ਪ੍ਰੇਫਰੈਂਸ ਨਹੀਂ ਹੈਗੀ ਠੀਕ ਹੈ ਅਗਰ ਕਮਰਸ ਟੀਮ ਹੈ ਜੀ ਬਿਲਕੁਲ ਚਲੋ ਤੁਹਾਡੀ ਜਿਹੜੀ ਸਟੱਡੀ ਆ ਬਿਲਕੁਲ ਅੱਛੀ ਹੈਗੀ ਕਮਰਸ਼ੀਅਲ ਸਟਰੀਮ ਆ ਤੁਹਾਡੇ ਕੋਲ ਪਰ ਕਿਤੇ ਨਾ ਕਿਤੇ ਅਗਰ ਆਪਾਂ ਦੇਖਦੇ ਤੁਹਾਡੇ ਜਿਹੜੇ ਬੈਂਡ ਸਕੋਰ ਨੇ 58 ਨੇ ਆ ਤੁਹਾਡੇ ਕੋਲ ਆਪਸ਼ਨ ਹੈਗੀ ਆ ਕਿ ਇਸ ਤਰ੍ਹਾਂ ਦੇ ਕਈ ਯੂਨੀਵਰਸਿਟੀ ਹੈਗੇ ਨੇ ਅਗਰ ਤੁਹਾਡੇ ਓਵਰAllResult ਜਿਹੜੇ ਸਕੋਰ ਨੇ 54 ਹੈਗੇ ਨੇ ਜਾਂ ਉਸ ਤੋਂ ਬੱਬ ਹੈਗੇ ਨੇ ਤੁਹਾਡੇ ਈਚ ਜਿਹੜੇ ਨੇ ਘੱਟੋ ਘੱਟ ਸਕੋਰ 50 ਤੋਂ ਬੱਬ ਹੈਗੇ ਨੇ ਦਾ ਤੁਸੀਂ ਜਿਹੜਾ ਹੈਗਾ ਉੱਥੇ ਅਪਲਾਈ ਕਰ ਸਕਦੇ ਹੋ ਤੁਹਾਡੀ ਫਾਈਲ ਜਿਹੜੀ ਹੈਗੀ ਤੁਸੀਂ ਕੋਈ ਪਾਰਟਿਕੂਲਰ ਕੋਈ ਏਰੀਆ ਹੋਏਗਾ ਤੁਸੀਂ ਡਾਕੂਮੈਂਟਸ ਆਪਣੇ ਨਾਲ ਸ਼ੇਅਰ ਕਰ ਲਿਓ ਤੁਹਾਨੂੰ ਯੂਨੀਵਰਸਿਟੀ ਪ੍ਰੋਵਾਈਡ ਕਰਵਾ ਦੇਵਾਂਗੇ ਨਾਰਮਲ ਇਹਦੇ ਵਿੱਚ ਕੁਝ ਫਾਰਮੈਲिटीज ਹੁੰਦੀਆਂ ਨੇ ਤੁਹਾਡੇ ਫੰਡਿੰਗ ਬਾਰੇ ਕਿੱਥੋਂ ਆਏਗੀ ਕਿੰਨਾ ਕੁ ਦਿਖਾਣਾ ਹੈ ਉਹ ਤੁਹਾਨੂੰ 100 ਤੋਂ ਬਾਅਦ ਅਸੀਂ ਦੱਸ ਦੇਵਾਂਗੇ ਤੁਹਾਡੇ ਟਾਈਮ ਦੀ ਪ੍ਰੋਬਲਮ ਹੈ ਇਸ ਕਰਕੇ ਤੁਹਾਨੂੰ ਅਸੀਂ ਇਸੇ ਨਹੀਂ ਦੱਸ ਸਕਦੇ ਜੀ ਓਕੇ 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 ਜੀ ਹੂੰ ਬਿਲਕੁਲ ਤੁਸੀਂ ਸ਼ੋਅ ਤੋਂ ਬਾਅਦ ਵੀ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਰਵਿੰਦਰ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਕਾਲ ਕੀਤੀ ਹੈ ਜਿਨ੍ਹਾਂ ਦੀ ਕਾਲ ਨਹੀਂ ਲਈ ਗਈ ਉਹਨਾਂ ਨੂੰ ਬੈਕ ਕਾਲ ਆਊਗੀ ਜਾਂ ਤੁਸੀਂ ਕਿਸੇ ਵੀ ਟਾਈਮ ਸਵੇਰੇ 9:30 ਤੋਂ ਲੈ ਕੇ 6 ਵਜੇ ਤੱਕ ਇਸੇ ਨੰਬਰ ਦੇ ਉੱਤੇ ਕਾਲ ਕਰਕੇ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਅਸੀਂ ਸਿਰਫ ਕੈਨੇਡਾ ਦੀ ਗੱਲ ਕੀਤੀ ਹੈ ਪਰ ਨਾਲ ਦੇ ਨਾਲ ਯੂਕੇ ਦੀ ਵੀ ਲਾਸਟ ਕਾਲ ਸੀ ਜਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਜਾਣਾ ਹੈ ਤਾਂ ਤਾਂ ਵੀ ਤੁਸੀਂ ਟੂਰਿਸਟ ਵੀਜ਼ਾ ਦੇ ਲਈ ਵੀ ਜਾਣਾ ਚਾਹੁੰਦੇ ਹੋ ਤਾਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਬਹੁਤ-ਬਹੁਤ ਧੰਨਵਾਦ ਹੈ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਵਿੰਦਰ ਸਿੰਘ ਪਿੰਡ ਮਾਉਂਟਪੋਰ ਜੀ ਅਸੀਂ ਕੰਪੀਟੀਸ਼ਨਾਂ ਵਾਲਿਆਂ ਕੋਲੇ ਮੇਰੇ ਬੇਟੇ ਗੁਰਪ੍ਰੀਤ ਸਿੰਘ ਦੀ ਫਾਈਲ ਮੇਰੀ ਭਤੀਜੀ ਜਸਪ੍ਰੀਤ ਕੌਰ ਦੀ ਫਾਈਲ ਲਈ ਸੀ ਦਸੰਬਰ ਮਹੀਨੇ ਦੇ ਵਿੱਚ ਸਾਡੀਆਂ ਫਾਈਲਾਂ 2 ਦਿਨ ਦੇ ਫਰਕ ਨਾਲ ਲੱਗੀਆਂ ਸੀਗਾ ਪਰ ਸਾਨੂੰ ਬੀਜੇ ਅੱਜ ਦੋਨਾਂ ਨੂੰ ਇਕੱਠੇ ਮਿਲ ਗਏ ਨੇ ਮੇਰੇ بیٹے ਗੁਰਪ੍ਰੀਤ ਸਿੰਘ ਨੂੰ ਮੇਰੀ ਭਤੀਜੀ ਜਸਪ੍ਰੀਤ ਕੌਰ ਨੂੰ ਇਹਨਾਂ ਵੀਜ਼ਾ ਮਿਲ ਗਿਆ। ਅਸੀਂ ਕੰਪੀਟੀਸ਼ਨ ਦੇ ਸਾਰੇ ਸਟਾਫ ਤੋਂ ਬਹੁਤ ਖੁਸ਼ ਹਾਂ ਜੀ। ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਇੱਥੇ ਬਹੁਤ-ਬਹੁਤ ਇਹਨਾਂ ਤੋਂ ਫੈਲਾ ਲਪਾਓ। ਆਪਣੇ ਵੀਜ਼ੇ ਪ੍ਰਾਪਤ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਮੈਂ ਰਿਪੰਜੀਤ ਕੌਰ ਮੈਂ ਰਾਜਗੜ ਤੋਂ ਬਿਲੋਂਗ ਕਰਦੀ ਹਾਂ। ਮੇਰੇ ਪੀਟੀ ਦੇ ਵਿੱਚ 62 ਸਕੋਰ ਸੀਗੇ ਤੇ ਮੇਰੀ ਆਲਰੇਡੀ ਆਸਟ੍ਰੇਲੀਆ ਤੋਂ ਇੱਕ ਦੇ ਫਿਊਜ਼ਨ ਸੀਗੀ ਦਨ ਮੈਂ ਇੱਥੇ ਕੰਪਿਟੀਸ਼ਨ ਇਮੀਗ੍ਰੇਸ਼ਨ ਵਿਜ਼ਿਟ ਕੀਤਾ ਤੇ ਕਮਲ मैम ਨੂੰ ਮਿਲੀ ਉਹਨਾਂ ਦੀ ਗਾਈਡੈਂਸ ਨਾਲ ਮੈਂ ਆਪਣੀ ਫਾਈਲ ਇੱਥੋਂ ਸਟਾਰਟ ਕੀਤੀ ਤੇ ਅੱਜ ਮੈਂ ਬਹੁਤ ਖੁਸ਼ ਹਾਂ ਤੇ ਮੈਂ ਅਬ 10 ਸਟੈਂਪਡ ਪਾਸਪੋਰਟ ਰਿਸਿਵ ਕਰ ਰਹੀ ਹਾਂ ਜੇ ਤੁਸੀਂ ਵੀ ਕਿਸੇ ਵੀ ਗਾਈਡੈਂਸ ਲਈ ਵਿਜ਼ਿਟ ਕਰਨਾ ਚਾਹੁੰਦੇ ਹੋ ਤੇ ਜਰੂਰ ਇੱਥੇ ਵਿਜ਼ਿਟ ਕਰੋ ਥੈਂਕ ਯੂ ਹੈਲੋ एवरीवन ਮਾਈ ਨੇਮ ਇਜ਼ ਮਹਿਕ ਆਈ ਬਿਲੋਂਗ ਟੂ ਮਲੇਰ ਕੋਲਾ ਮੈਨੇ ਕੰਪਿਟੀਸ਼ਨ ਇਮੀਗ੍ਰੇਸ਼ਨ ਟੂ ਆਈਲੈਂਡਸ ਕੀਤੀ ਸੀ ਐਂਡ ਮੇਰੇ ਓਵਰঅল 6 ਪੈਨ ਨੇ ਐਂਡ ਆਈ ਫਾਈਨਲੀ ਗੋਟ ਮਾਈ ਵੀਜ਼ਾ ਵਿਦੀਨ 2 ਵੀਕਸ ਐਂਡ ਲਾਸਟਲੀ ਮੈਂ ਕਹਿਣਾ ਚਾਹੁੰਦੀ ਆ ਅਗਰ ਕਿਸੇ ਨੇ ਵੀ ਆਪਣੀ ਫਾਈਲ ਲਗਾਣੀ ਆ ਤਾਂ ਉਹ ਕੰਪੀਟੀਸ਼ਨ ਇਮੀਗ੍ਰੇਸ਼ਨ ਤੋਂ ਲਗਾਣ ਕਿਉਂਕਿ ਇਹ ਬਹੁਤ ਵਧੀਆ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਸ਼ਸ਼ੀਕਾਲ ਜੀ ਮੇਰਾ ਨਾਮ ਮੁਸਕਾਨ ਹੈ ਤੇ ਮੈਂ ਆਪਣੀ ਪਲੱਸ 2 ਦੋ ਹਜ਼ਾਰ ਵਿੱਚ ਪਾਸ ਆਊਟ ਕੀਤੀ ਸੀ ਉਹਦੇ ਬਾਅਦ ਮੈਂ 3 ਸਾਲ ਦਾ ਗੈਪ ਸੀ ਤਾਂ ਮੈਂ ਆਪਣੀ ਪੀਟੀ ਕੀਤੀ ਜਿਹਦੇ ਵਿੱਚ ਮੈਂ 68 ਓਵਰਲ ਬੈਡ ਸਕੋਰ ਸਨ ਮੈਂ ਆਪਣੀ ਫਾਈਲ ਕੰਪੀਟੀਸ਼ਨ ਇਮੀਗ੍ਰੇਸ਼ਨ ਤੋਂ ਲਗਵਾਈ ਵਿਦਿਨ 14 ਡੇਸ ਮਾਈ ਵੀਜ਼ਾ ਇਜ਼ ਅਪਰੂਵਡ ਜੇ ਤੁਸੀਂ ਵੀ ਆਪਣੀ ਫਾਈਲ ਲਗਵਾਉਣਾ ਚਾਹੁੰਦੇ ਹੋ ਤਾਂ ਪਲੀਜ਼ ਕੰਪੀਟੀਸ਼ਨ ਇਮੀਗ੍ਰੇਸ਼ਨ ਨੂੰ ਜ਼ਰੂਰ ਵਿਜ਼ਿਟ ਕਰਿਓ ਥੈਂਕ ਯੂ